ਜੁੜਦੇ ਆ। ਪਰਮੀਤ ਸਿੰਘ ਬਾਟ ਸਾਹਿਬ ਆਪਣੇ ਨਾਲ ਜੁੜ ਗਏ ਨੇ ਜਲੰਧਰ ਵਾਲੇ ਪਾਸਿਓਂ ਤੇ ਮੈਂ ਇਧਰੋਂ ਤੁਹਾਡੇ ਸਾਰਿਆਂ ਦੇ ਨਾਲ ਸ਼ਾਮਲ ਹਾਂ। ਮੇਰਾ ਵਿਆਹ .com ਵੈਬਸਾਈਟ ਵਾਲੇ ਸੁਨੇਹਾ ਦਿੰਦੇ ਆ ਕਿ ਭਾਈ ਕਿਸੇ ਨੇ ਵੀ ਵੈਬਸਾਈਟ ਦੇ ਉੱਤੇ ਡਾਟਾ ਪਾਉਣਾ ਵਿਆਹ ਕਰਾਉਣ ਵਾਸਤੇ ਤੁਸੀਂ ਧੀ ਪੁੱਤ ਵਾਸਤੇ ਜਾਂ ਆਪਦੇ ਵਾਸਤੇ ਰਿਸ਼ਤੇ ਦੀ ਭਾਲ ਦੇ ਵਿੱਚੋਂ ਤਾਂ ਇਹ ਵਧੀਆ ਮੌਕਾ ਸੌਖਾ। ਬਸ ਡਾਇਲ ਕਰਨਾ ਤੁਸੀਂ ਸਰਚ ਕਰਨਾ ਡਾਇਲ ਵੀ ਨਹੀਂ MERAYVYAAH.com ਮੇਰਾ ਵਿਆਹ .com ਤੇ D9 ਡਿਜ਼ਾਈਨ ਫਰਨੀਚਰ ਵਾਲੇ ਕਹਿੰਦੇ ਵੀ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਲੈਣਾ ਤਾਂ ਹਰ ਵੇਲੇ ਤਿਆਰ ਹੁੰਦਾ। ਮੈਲਬੋਰਨ ਦੇ ਵਿੱਚ ਉਹ ਹੈ, ਮੈਲਬੋਰਨ ਦੇ ਨੇੜੇ ਟ੍ਰਗਨੀਨਾ ਦੇ ਵਿੱਚ, ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਬਾਕਸ ਬੈਡ ਦੇ ਐਕਸਪਰਟ ਨੇ। ਵਰਸਾ ਸਵਾਗਤ, ਸਤਿ ਸ੍ਰੀ ਅਕਾਲ ਜੀ। ਜੀ ਵਟਸਐਪ ਇੱਕ ਮਿੰਟ ਜੀ, ਇੱਥੇ ਕੋਈ ਦਿੱਕਤ ਸਾਡੀ ਆਵਾਜ਼ ਦੇ ਵਿੱਚ ਨਹੀਂ ਮੇਰੇ ਕੋਲ। ਹਾਂਜੀ ਹੁਣ ਸਵਾਗਤ ਹੈ। ਬਹੁਤ ਮਿਹਰਬਾਨੀ ਸੁਖਨੈਬ ਜੀ, ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ ਵਟਸਐਪ ਜੁੜਨ ਦੇ ਵਾਸਤੇ। ਤੇ ਜੀ ਅਸੀਂ ਕਰੀਏ ਖਬਰਸਾਰ ਦੀ ਗੱਲ, ਕਾਂਗਰਸ ਦੀ ਮੋਗੇ ਵਾਲੀ ਰੈਲੀ ਕਿਵੇਂ ਰਹੀ ਕਿਲੀ ਚਹਿਲਾਂ ਦੇ ਵਿਚ? ਸੁਖਨੈਬ ਜੀ, ਆਸ ਦੇ ਮੁਤਾਬਕ ਇਕੱਠ ਤਾਂ ਚੰਗਾ ਹੋ ਗਿਆ ਜੀ। ਕਾਂਗਰਸ ਹੀ ਭੜਕੇ ਜਾਂ ਅੱਜ ਕਿੰਨਾ ਇਕੱਠ ਕਹਿੰਦੇ ਆ ਜੀ, ਇੰਨਾ ਹੋ ਗਿਆ ਉਹ ਤਾਂ ਪਤਾ ਨਹੀਂ, ਪਰ ਇੰਨੀ ਗੱਲ ਜ਼ਰੂਰ ਹੈ ਕਿ ਪਿਛਲੇ 8-10 ਮਹੀਨਿਆਂ ਦੇ ਵਿੱਚ ਇੰਨਾ ਵੱਡਾ ਇਕੱਠ ਪੰਜਾਬ ਚ ਹੋਇਆ ਨਹੀਂ ਜੀ। ਆਪਾਂ ਉਹ 2 ਰੈਲੀਆਂ ਛੱਡ ਲੈਂਦੇ ਆ ਜਿਹੜੀਆਂ ਇੱਕੋ ਦਿਨ ਹੀ ਕਾਂਗਰਸ, ਅਕਾਲੀ ਤੇ ਆਮ ਆਦਮੀ ਪਾਰਟੀ ਵੱਲੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਨੇ ਕੀਤੀਆਂ ਸੀ ਜੀ, ਤੇ ਉਹਦੇ ਤੋਂ ਬਿਨਾਂ ਜਿੰਨੀਆਂ ਅਕਾਲੀ ਰੈਲੀਆਂ ਕਰਦੇ ਆ ਭਾਜਪਾ ਵਾਲੇ ਜਾਂ ਆਮ ਆਦਮੀ ਪਾਰਟੀ ਵਾਲੇ ਰੈਲੀਆਂ ਕਰਦੇ ਆ, ਉਹਨਾਂ ਤੋਂ ਕਾਫੀ ਵੱਡਾ ਇਕੱਠ ਸੀ ਜੀ। ਸੂਬਾ ਪੱਧਰੀ ਰੈਲੀ ਸੀ, ਕੈਪਟਨ ਸਾਹਿਬ ਦੀ ਸਰਕਾਰ ਹੈ, ਜ਼ੋਰ ਅਗਲਿਆਂ ਪੂਰਾ ਲਾਇਆ, ਇਕੱਠ ਤਾਂ ਹੋਣਾ ਹੀ ਸੀ। ਵੈਸੇ ਵੀ ਸਰਕਾਰ ਹੋਵੇ ਤਾਂ ਅੱਧਾ ਪਚੱਧਾ ਇਕੱਠ ਤਾਂ ਕਈ ਹੋਰ ਕਾਰਨਾਂ ਕਰਕੇ ਹੋ ਜਾਂਦਾ। ਚਲੋ ਹੁਣ ਸਵੇਰੇ 11 ਦਾ ਸਮਾਂ ਸੀ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਆਉਣਗੇ, ਆ ਕੇ ਭਾਸ਼ਣ ਵੀ ਦੇਣਗੇ ਤੇ ਕੁਝ ਹੋਰ ਕੰਮ ਕਰ ਜਿਹੜੇ ਉਹਨਾਂ ਤੋਂ ਕਰਾਉਣੇ ਸੀ, ਪਰ ਰਾਹੁਲ ਗਾਂਧੀ ਨੇ ਰੈਲੀ ਦੇ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਇੱਕ ਮੁਲਾਕਾਤ ਕੀਤੀ। ਉਸ ਮੁਲਾਕਾਤ ਦੇ ਵਿੱਚ ਉਮੀਦ ਕੀਤੀ ਗਈ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜਾ ਬੰਦਾ ਕੈਂਡੀਡੇਟ ਹੋਵੇਗਾ ਤੇ ਕਿਹੜਾ ਨਹੀਂ ਹੋਵੇਗਾ, ਗੱਠਜੋੜ ਦੇ ਪੱਖ ਤੋਂ ਸਥਿਤੀ ਕਿੱਧਰਲੇ ਪਾਸੇ ਰਹੇਗੀ, ਪੰਜਾਬ ਚ ਕਿਸੇ ਧਿਰ ਦੇ ਨਾਲ ਰਲ ਕੇ ਚੱਲਣ ਦੀ ਲੋੜ ਤਾਂ ਨਹੀਂ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਰਾਹੁਲ ਗਾਂਧੀ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੂੰਹੋਂ ਸੁਣੇ ਹੋਣਗੇ। ਨਾਲ ਦੀ ਨਾਲ, ਕਿਉਂਕਿ ਅਜੇ ਇੱਕ ਦਿਨ ਹੀ ਹੋਇਆ, ਦਿੱਲੀ ਦੇ ਵਿੱਚ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੁੰਦਾ ਹੁੰਦਾ ਟੁੱਟ ਗਿਆ, ਕਿਉਂਕਿ ਬੀਬੀ ਸ਼ੀਲਾ ਦੀਕਸ਼ਿਤ ਨਹੀਂ ਸੀ ਚਾਹੁੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਕੇ ਕਾਂਗਰਸ ਪਾਰਟੀ ਲੋਕ ਸਭਾ ਦੀਆਂ ਚੋਣਾਂ ਲੜੇ। ਇਸ ਕਰਕੇ ਪੰਜਾਬ ਦੀ ਲੀਡਰਸ਼ਿਪ ਦੀ ਕੀ ਰਾਏ ਹੈ ਅੰਦਰ ਖਾਤੇ, ਕਿਤੇ ਨਾ ਕਿਤੇ ਰਾਹੁਲ ਗਾਂਧੀ ਨੇ ਪਤਾ ਲੱਗਾ ਕਿ ਭਾਫ ਇਸ ਗੱਲ ਦੀ ਵੀ ਲਈ। ਚਲੋ ਕਪਤਾਨ ਸਾਹਿਬ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਹੁਲ ਗਾਂਧੀ ਹੋਰੀ ਮੋਗੇ ਦੇ ਕਿੱਲੀ ਚਹਿਲਾਂ ਪਿੰਡ ਦੇ ਵਿੱਚ ਜਿਹੜੀ ਰੈਲੀ ਸੀ ਉੱਥੇ ਆਏ। ਪ੍ਰਬੰਧ ਵਧੀਆ ਸੀ, ਪੰਡਾਲ ਵੱਡਾ ਸੀ, ਲੋਕਾਂ ਦੀ ਗਿਣਤੀ ਵੀ ਕਾਫੀ ਸੀ, ਤੇ ਆਸ ਦੇ ਮੁਤਾਬਿਕ ਅੱਜ ਇਹ ਗੱਲ ਕਲੀਅਰ ਹੋ ਗਈ ਕਿ ਪੈਸਾ ਧੇਲਾ ਇਸ ਰੈਲੀ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਖਰਚਿਆ, ਕਿਉਂਕਿ ਖੇਤੀਬਾੜੀ ਵਿਭਾਗ ਤੇ ਜਿਹੜਾ ਸਹਿਕਾਰਤਾ ਵਿਭਾਗ ਹੈ, ਕਾਗਜ਼ਾਂ ਪੱਤਰਾਂ ਦੇ ਵਿੱਚ ਇਹ ਉਹਦਾ ਸਮਾਗਮ ਦੱਸਿਆ ਗਿਆ, ਕਿਉਂਕਿ ਜਿਹੜੇ ਬੇਜ਼ਮੀਨੇ ਕਿਸਾਨ ਨੇ ਤੇ ਖੇਤ ਮਜ਼ਦੂਰ ਨੇ ਉਹਨਾਂ ਦੀ ਕਰਜ਼ਾ ਮਾਫ਼ੀ ਦੇ ਸਮਾਗਮ ਅੱਜ ਤੋਂ ਸ਼ੁਰੂ ਕਰਨੇ ਆ, ਤੇ ਇਹ ਪਹਿਲਾ ਸਮਾਗਮ ਸੀ ਜਿਹਦੇ ਵਿੱਚ ਰਾਹੁਲ ਗਾਂਧੀ ਹੋਰਾਂ ਦੇ ਹੱਥੋਂ ਕੁਝ ਇੱਕ ਬੇਜ਼ਮੀਨੇ ਕਿਸਾਨਾਂ ਨੂੰ ਤੇ ਕੁਝ ਇੱਕ ਖੇਤ ਮਜ਼ਦੂਰਾਂ ਨੂੰ ਉਹ ਵੱਡੇ ਵੱਡੇ ਜਿਹੜੇ ਚੈੱਕ ਨੇ ਕਰਜ਼ਾ ਮਾਫ਼ੀ ਦੇ ਉਹ ਦਿੱਤੇ ਗਏ। ਕੁੱਲ 3 ਲੱਖ ਗਿਣਤੀ ਕਹਿੰਦੇ ਪੰਜਾਬ ਚ ਬਣਦੀ ਹੈ ਜਿਹੜੇ ਬੇਜ਼ਮੀਨੇ ਕਿਸਾਨ ਨੇ ਤੇ ਖੇਤ ਮਜ਼ਦੂਰ ਨੇ ਪਰ ਕਰਜ਼ੇ ਹੇਠ ਦੱਬੇ ਹੋਏ ਨੇ। ਇਹਦੇ ਨਾਲ ਸੰਕੇਤ ਪੂਰੇ ਭਾਰਤ ਦੇ ਵਿੱਚ ਇਹ ਦੇਣ ਦਾ ਯਤਨ ਕੀਤਾ ਗਿਆ ਕਿ ਰਾਹੁਲ ਗਾਂਧੀ ਹੋਰੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣਗੇ, ਜੇ ਰਾਹੁਲ ਗਾਂਧੀ ਹੋਰਾਂ ਦੀ ਪਾਰਟੀ ਕਾਂਗਰਸ ਜਿੱਤੇਗੀ ਆਉਣ ਵਾਲੀਆਂ ਲੋਕ ਸਭਾ ਚੋਣਾਂ, ਤਾਂ ਫਿਰ ਦੇਸ਼ ਭਰ ਦੇ ਜਿਹੜੇ ਖੇਤ ਮਜ਼ਦੂਰ ਨੇ ਜਾਂ ਬੇਜ਼ਮੀਨੇ ਕਿਸਾਨ ਨੇ ਉਹਨਾਂ ਦੇ ਕਰਜ਼ੇ ਇਸੇ ਤਰੀਕੇ ਮਾਫ਼ ਕੀਤੇ ਜਾਣਗੇ। ਤੇ ਇੱਥੇ ਫਿਰ ਭਾਸ਼ਣ ਵੀ ਹੋਏ, ਭਾਸ਼ਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਠੋਕ ਵਜਾ ਕੇ ਆਪਣੀ ਸਰਕਾਰ ਦੀ ਪਿੱਠ ਥਾਪੜੀ ਤੇ ਦਾਅਵਾ ਕੀਤਾ ਕਿ ਅਸੀਂ ਨਸ਼ਿਆਂ ਦੇ ਖਾਤਮੇ ਦੇ ਮੁੱਦੇ ਤੇ ਸਰਕਾਰ ਬਣਾਈ ਸੀ ਤੇ ਅੱਜ ਸਾਨੂੰ ਫਖਰ ਹੈ ਕਿ ਅਸੀਂ
तकरीबन तकरीबन मोटा मोटा नशियां दा लक तोड़ दिता। हुण कोई विरला टामा ही नशियां दा रह गया। 4 लाख लोकां द्वारा नशा छड़ाऊ केंद्रां दे विच भर्ती होके मुख धारा दे विच आउण दी एक लंबी चौड़ी प्रक्रिया दा जिक्र भी जिहड़ा है ओह कैप्टन अमरिंदर सिंह ने अपने भाषण च कर दिता। कप्तान साहब ने भाषण दे विच इह भी कहा कि श्री गुरु ग्रंथ साहब जी की बेअदबी करन वाले जिहड़े बंदे ने एक गल चेते रखण कि हुण बहुत लंबा समां नहीं बचिया। कमिशन तो बाद SIT ने अपना काम कर बहुत तसली बख्श ढंग दे नाल अगे तोरिया ते उन्होंने दावा किया कि एक एक ओ शख्स एक एक ओ व्यक्ति जिहदी श्री गुरु ग्रंथ साहब जी की बेअदबी की घटना दे विच माड़ी मोटी भी इनवॉल्व हुई उन्हू असी जेल दे विच डकना ही डकना यह कहिंदे पंजाब दे लोकां दे नाल वादा। चलो किन्ने क किसानां नू करजा माफी का सर्टिफिकेट उन्होंने दिता है। पंजाब सूबे दे लई उन्हां दी सरकार ने पिछले 2 वर्यां च होर की कुछ किया वह सारा कुछ कप्तान साहब ने अपने भाषण का हिस्सा बनाया। उहदे तों बाद राहुल गांधी साहब का नंबर आ गया ते राहुल गांधी होरां ने पहला तो कप्तान साहब की सरकार की शलाघा की कि भाई वधिया किसान फिर पंजाब दे लोकां दा धन्नवाद किया कि भाई तुसी कांग्रेस की सरकार 2 वरे पहला इत्थे बनाई ते तीसरा वह कहिंदे आ जिहड़ा कर्जा माफी का मॉडल है किसानां ते खेत मजदूरां ते बेजमीन ने किसानां नूं वित्तीय तौर ते राहत देण दा जिहड़ा मॉडल है जे केंद्र दे विच साडी सरकार बनी तां असीं सच्ची मुच्ची इस मॉडल नूं समुचे भारत दे विच लागू करन दा यतन करांगे। नाल दी नाल राहुल गांधी होरां ने फिर प्रधानमंत्री नरेंद्र मोदी नूं धौणा शुरू करता कि नरेंद्र मोदी की सरकार खुदकुशियां करदे किसानां नूं वेख रही है पर अज तक मोदी साहब की सरकार ने 1 रुपया भी देश भर के किसी किसान का कर्जे रूप च माफ नहीं किया ते ना कहिंदे ना तुआस है। इथों तक कि रफेल समझौते तो लैके उन्होंने GST तक नोटबंदी तो लैके होर जिहड़े वख वख प्रोजेक्ट भारत के वख वख हिस्सों के विच विवादों का कारण बने हुए ने उन्हां सारिआं दा जिक्र जिहड़ा राहुल गांधी ने किया ते एक तरह दे नाल उन्हां दे शब्दां दे विच तां मोदी साहब की सरकार पूर्ण रूप दे विच भारत की एक फेल सरकार है। पर इत्थे राहुल गांधी होरां ने कमाल की गल कहती वह कहिंदे मैं राहुल गांधी प्रधानमंत्री नूं अपील करदा कि पंजाब च वड्डे मगरमच्छ जिहड़े नशा वेचदे ने तुसीं उन्हां नूं फड़ो। मैं कहिंदे उम्मीद करदा कि इनफोर्समेंट डायरेक्टोरेट दे राहीं प्रधानमंत्री साहब जिहड़े ने वह जिन्नी छेती हो सकता पंजाब च नशियां दे कारोबार च शामिल वड्डियां मच्छियां दे उत्ते कार्रवाई करनगे। ये भी कहिंदे सवाल है कि अज तक कार्रवाई क्यों नहीं की। हुण राहुल गांधी होरां तों पहलां मुख्यमंत्री पंजाब कैप्टन अमरिंदर सिंह यह कह के गए कि असीं सारे नशा तस्कर फड़ के अंदर करते हैं हुण कोई बार नहीं भज भुज गए। राहुल गांधी कही जांदे कि वड्डे मगरमच्छ पंजाब च उई तुरे फिरदे आ। मैं प्रधानमंत्री नूं अपील करदा कि तुसीं फड़ो। इहदा मतलब है कि किते ना किते राहुल गांधी जां तां फिर चेते कीता भाषण पढ़दे रहे ते जां फिर उह सच्ची मुच्ची नशियां दे मुद्दे ते पंजाब सरकार द्वारा कीती गई कार्रवाई तों कुछ हद तक नाराज सी। हुण तां आउण वाले दिनां दे विच वख वख विरोधी धिरां हो सकदा कि राहुल गांधी दे भाषण नूं कोट करके ही कैप्टन अमरिंदर सिंह होरां तों सवाल जिहड़े उह पुछण लग पैण। पर नाल दी नाल इह वी गल पक्की है कि जिस तरीके अज जाखड़ साहब ने जोशीला भाषण दिता कि असीं देश दीआं सरहद्दां सांभण लई तैयार हाँ राखी करन दे लई तैयार हाँ पंजाब दे लोकां नूं कहिंदे कदे आखणा नहीं पिया कि तुसीं बार्डर दे उत्ते जाके देश लई लड़ो असीं आपे ही लड़दे रहे हाँ पर उह कहिंदे पंजाब दे नाल बेइंसाफी हुंदी रही है असीं सब तों मूहरे खड़ते रहे हाँ पर बेइंसाफी सब तों वध साडे नाल होई। इत्थों तक जाखड़ साहब ने कहता कि मैनूं उम्मीद है कि आ जिहड़ा कांग्रेस पार्टी का कौमी प्रधान अज स्टेज ते लोको थोड़े सामने ते मेरे कोले बैठा राहुल गांधी जदों कदे इहदी सरकार आई पंजाब दे नाल उदों इंसाफ होएगा कहिंदे मैनूं उम्मीद है। हुण वेखदे हां कि उदों भी इंसाफ हुंदा कि नहीं हुंदा पर कुल मिला के अज कांग्रेस पार्टी पंजाब दे मोगा जिले च वधिया इकट्ठ करन च कामयाब हो गई ते इकट्ठ ही करन च कामयाब नहीं होई। कप्तान साहब राहुल गांधी नूं इह दसण च भी कामयाब हो गया कि वेख्या अजे तक भी सरकारी सरकार का ग्राफ चंगा है अजे तक भी लोग मैनूं पंजाब का कैप्टन समझते हैं। वह वक्री गल है कि अज रैली का जिहड़ा पंडाल है वह सुखनैब जी 12 हिस्सों च वंडिया सी बांस ला ला के 6000 के करीब पुलिस के कर्मचारी पंडाल च तैनात से कुछ वर्दियां पा के ते कुछ बिना वर्दियां तो पहली बार यह वेख्या गया कि विरले डामे बंदे ने हाथ च झंडी नहीं सी फड़ी पोस्टर नहीं सी फड़िया कोई फ्लैक्स नहीं सी फड़ी
ਕੋਈ ਹੋਰਡਿੰਗ ਨਹੀਂ ਸੀ ਫੜਿਆ, ਵਿੱਚ ਵਿਚਾਲੇ ਕਈਆਂ ਨੇ ਕੰਬਲ ਫੜੇ ਹੋ ਸੀ, ਹੁਣ ਕੰਬਲ ਕਿਉਂ ਫੜੇ ਸੀ? ਬਾਅਦ ਵਿੱਚ ਪਤਾ ਲੱਗਾ ਕਿ ਰੈਲੀ ਵਾਲੀ ਥਾਂ ਨੂੰ 12 ਹਿੱਸਿਆਂ ਦੇ ਵਿੱਚ ਵੰਡ ਕੇ ਜਿਹੜੇ ਸਾਦੀ ਵਰਦੀ ਦੇ ਵਿੱਚ ਪੁਲਿਸ ਦੇ ਕਰਮਚਾਰੀ ਸੀ ਉਹਨਾਂ ਨੂੰ ਕੰਬਲ ਵੰਡੇ ਗਏ ਸੀ ਕਿ ਭਾਈ ਜੇ ਕਿਸੇ ਨੇ ਪੰਜਾਬ ਸਰਕਾਰ ਮੁਰਦਾਬਾਦ ਕਹਿਣ ਦੀ ਕੋਸ਼ਿਸ਼ ਕੀਤੀ ਨਾਲ ਹੀ ਕੰਬਲ ਪਾ ਲੈਣਾ, ਕੰਬਲ ਇਹਦਾ ਨਾ ਹੋਵੇ ਜੀ ਕਿ ਤੁਸੀਂ ਉਹ ਬੰਦਾ ਜਿਹੜਾ ਮੁਰਦਾਬਾਦ ਕਰੇ ਤੁਸੀਂ ਬਾਹਾਂ ਤੋਂ ਫੜੇ ਤਾਂ ਜੀਭ ਉਹਦੀ ਫਿਰ ਚੱਲੀ ਜਾਏ, ਇੱਕ ਬਾਂਹ ਫੜੋ ਤਾਂ ਦੂਜੀ ਬਾਂਹ ਕੱਢ ਲੈ, ਬਸ ਕੰਬਲ ਪਾ ਕੇ ਉੱਥੇ ਹੀ ਨੱਪ ਲੈਣਾ, ਉੱਪਰ ਨੂੰ ਆਵਾਜ਼ ਨਹੀਂ ਆਉਣੀ ਚਾਹੀਦੀ। ਤੇ ਅੱਜ ਜਿਸ ਤਰੀਕੇ ਇਹ ਕੰਬਲ ਪ੍ਰਬੰਧ ਕੀਤਾ ਗਿਆ ਸੀ ਤੇ ਜੇ ਕਿਤੇ ਇੰਨੀ ਸੁਹਿਰਦਤਾ ਦੇ ਨਾਲ ਪ੍ਰਬੰਧ ਪੰਜਾਬ ਲਈ ਸਰਕਾਰ ਕਰਨ ਲੱਗ ਪਏ ਨਾ ਤਾਂ ਪੰਜਾਬ ਦੇ ਤਾਂ ਵਾਰੇ ਨਿਆਰੇ ਹੋ ਜਾਣ। ਇੱਥੋਂ ਤੱਕ ਇਹ ਵੀ ਪਤਾ ਲੱਗਿਆ ਕਿ ਕਈ ਸਾਦਾ ਵਰਦੀ ਦੇ ਵਿੱਚ ਬੈਠੇ ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਸੀ ਉਹਨਾਂ ਨੂੰ ਕਾਂਗਰਸ ਦੀਆਂ ਝੰਡੀਆਂ ਵੀ ਫੜਾਈਆਂ ਸੀ। ਇਸ ਕਰਕੇ ਨਹੀਂ ਸੀ ਫੜਾਈਆਂ ਕਿ ਕਾਂਗਰਸ ਪਾਰਟੀ ਵਾਲੇ ਉਹਨਾਂ ਤੋਂ ਪ੍ਰਚਾਰ ਕਰਾਉਣਾ ਚਾਹੁੰਦੇ ਸੀ, ਸਗੋਂ ਝੰਡੀਆਂ ਇਸ ਕਰਕੇ ਫੜਾਈਆਂ ਸੀ ਕਿ ਤਾਂ ਜੋ ਜੇ ਕੋਈ ਪੰਜਾਬ ਸਰਕਾਰ ਮੁਰਦਾਬਾਦ ਕਹਿਣ ਵਾਲਾ ਕਿਸੇ ਜਥੇਬੰਦੀ ਦਾ ਲੀਡਰ ਉੱਥੇ ਬੈਠਾ ਹੈ ਤੇ ਉਹਨੂੰ ਪਤਾ ਨਾ ਲੱਗ ਸਕੇ ਕਿ ਉਹ ਕਿਸੇ ਪੁਲਿਸ ਕਰਮਚਾਰੀ ਦੇ ਕੋਲੇ ਬੈਠਾ ਜਾਂ ਫਿਰ ਉਹ ਕਿਸੇ ਸਧਾਰਨ ਕਾਂਗਰਸੀ ਦੇ ਕੋਲੇ ਬੈਠਾ। ਸੋ ਇਦਾਂ ਦੇ ਕਈ ਤਰ੍ਹਾਂ ਦੇ ਪ੍ਰਬੰਧ ਸੀ ਜਿਹਦੇ ਕਰਕੇ ਅੱਜ ਇਸ ਰੈਲੀ ਨੂੰ ਨਿਰਵਿਘਨ ਬਿਨਾਂ ਕਿਸੇ ਵਿਵਾਦ ਦੇ ਸੰਪੂਰਨ ਕਰਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਟੀਮ ਕਾਮਯਾਬ ਰਹੀ ਹੈ ਜੀ। ਔਰ ਅਗਲੀ ਗੱਲ ਤੇ ਚੱਲੀਏ ਵਾਰਡ ਸਾਹਿਬ, ਹੁਣ ਆਪਾਂ ਬਸਪਾ ਨੇ ਉਮੀਦਵਾਰਾਂ ਨੂੰ ਹਰੀ ਝੰਡੀ ਦਿੱਤੀ ਜੀ। ਸੁਖਨਾਬ ਜੀ, ਬਹੁਜਨ ਸਮਾਜ ਪਾਰਟੀ ਨੇ ਅਜੇ ਆਪਣੇ ਕਈ ਪੱਤੇ ਖੋਲਣੇ ਆ। ਮੈਂ ਹੈਰਾਨ ਹਾਂ, ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਆ ਕਿ ਭਾਈ ਬਹੁਜਨ ਸਮਾਜ ਪਾਰਟੀ ਸਾਡੇ ਪੰਜਾਬ ਡੈਮੋਕਰੇਟਿਕ ਅਲਾਇੰਸ ਦਾ ਇੱਕ ਬਹੁਤ ਵੱਡਾ ਹਿੱਸਾ ਹੈ, ਉਹ ਕਿਤੇ ਨਹੀਂ ਚੱਲੇ, ਗੱਠਜੋੜ ਸਾਡਾ ਮੁਕੰਮਲ ਹੋ ਚੁੱਕਿਆ, ਸੀਟਾਂ ਅਸੀਂ 3 ਬਹੁਜਨ ਸਮਾਜ ਪਾਰਟੀ ਨੂੰ 13 ਚੋਂ ਨਹੀਂ 9 ਦੇ ਵਿੱਚੋਂ ਛੱਡ ਚੁੱਕੇ ਹਾਂ। ਤੇ ਜੇ ਸਾਡੇ ਨਾਲ ਕੋਈ ਭਾਈਵਾਲ ਹੋਰ ਨਾ ਜੁੜਿਆ ਤੇ ਹੋ ਸਕਦਾ ਕਿ ਬਾਕੀ ਬਚਦੀਆਂ 4 ਸੀਟਾਂ ਚੋਂ ਵੀ ਇੱਕ ਅੱਧ ਸੀਟ ਅਸੀਂ ਬਹੁਜਨ ਸਮਾਜ ਪਾਰਟੀ ਦੇ ਹਵਾਲੇ ਕਰ ਦਈਏ। ਉਹ ਵੱਖਰੀ ਗੱਲ ਹੈ ਕਿ ਭਗਵੰਤ ਮਾਨ ਸਾਹਿਬ ਵੀ ਉਧਰਲੇ ਪਾਸੇ ਵਿੱਚ ਵਿਚਾਲੇ ਦਾਅਵਾ ਕਦੇ ਕਦੇ ਕਰ ਦਿੰਦੇ ਆ ਕਿ ਸਾਡੀ ਵੀ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਲ ਚੱਲ ਰਹੀ ਹੈ, ਹੋ ਸਕਦਾ ਹੈ ਕਿ ਸਾਡਾ ਤੇ ਟਕਸਾਲੀਆਂ ਦਾ ਗੱਠਜੋੜ ਜਿਹੜਾ ਹੈ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਵੀ ਇੱਕ ਪਾਰਟਨਰ ਬਣ ਜਾਏ। ਪਾਰਟਨਰ ਤਾਂ ਬਣ ਜੂ, ਫਿਰ ਅਨੰਦਪੁਰ ਸਾਹਿਬ ਦਾ ਕੀ ਕਰੋਗੇ? ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ 3 ਹਿੱਸਿਆਂ ਦੇ ਵਿੱਚ ਤਾਂ ਤੁਸੀਂ ਵੰਡਣੋ ਰਹੇ, ਟਾਸ ਵੀ ਪਾਉਣੋ ਰਹੇ। ਆਮ ਆਦਮੀ ਪਾਰਟੀ ਨੇ ਨਰਿੰਦਰ ਸ਼ੇਰਗਿੱਲ ਖੜਾ ਕਰਤਾ, ਟਕਸਾਲੀਆਂ ਨੇ ਵੀਰ ਦਵਿੰਦਰ ਸਿੰਘ ਖੜਾ ਕਰਤਾ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਕਹਿੰਦੀ ਆ ਕਿ ਉਮੀਦਵਾਰ ਭਾਵੇਂ ਸਾਡਾ ਅਜੇ ਖੜਾ ਨਹੀਂ, ਅਸੀਂ ਭਾਵੇਂ ਜਿੱਧਰ ਪਾਸੇ ਮਰਜ਼ੀ ਹੋਈ ਹੈ ਪਰ ਅਨੰਦਪੁਰ ਸਾਹਿਬ ਤੋਂ ਟਿਕਟ ਅਸੀਂ ਲਵਾਂਗੇ ਲਵਾਂਗੇ, ਬੰਦਾ ਸਾਡਾ ਚੋਣ ਲੜੂ। ਹੁਣ ਇਹ ਵੀ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਪੰਜਾਬ ਦੀਆਂ ਉਹਨਾਂ ਦੇ ਹਿੱਸੇ ਆਉਂਦੀਆਂ 3 ਸੀਟਾਂ ਤੋਂ ਉਮੀਦਵਾਰ ਜਿਹੜੇ ਆ ਡਿਕਲੇਅਰ ਕਰ ਦਿੱਤੇ ਆ। ਹਾਲਾਂਕਿ ਪੰਜਾਬ ਚ ਆ ਕੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੇ ਅਜੇ ਤੱਕ ਇਸ ਮੁੱਦੇ ਤੇ ਐਲਾਨ ਨਹੀਂ ਕੀਤਾ, ਪਰ ਜਲੰਧਰ ਲੋਕ ਸਭਾ ਹਲਕੇ ਤੋਂ ਬਲਵਿੰਦਰ ਕੁਮਾਰ, ਹੁਸ਼ਿਆਰਪੁਰ ਤੋਂ ਸਾਬਕਾ IAS ਅਧਿਕਾਰੀ ਖੁਸ਼ੀ ਰਾਮ ਤੇ ਅਨੰਦਪੁਰ ਸਾਹਿਬ ਤੋਂ ਵਿਕਰਮਜੀਤ ਸਿੰਘ ਸੋਢੀ ਨੂੰ ਚੋਣ ਲੜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਅੱਧੇ ਦਿਨ ਚ ਰਸਮੀ ਐਲਾਨ ਹੋ ਜਾਣਾ। ਹੁਣ ਜਿਹੜੇ ਜਲੰਧਰ ਤੋਂ ਉਮੀਦਵਾਰ ਬਣਾਉਣੇ ਆ ਬਲਵਿੰਦਰ ਕੁਮਾਰ, ਇੱਕ ਉਹ ਪੱਤਰਕਾਰੀ ਚ ਰਹੇ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਿਸੇ ਵੇਲੇ ਉਹਨਾਂ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ। ਐਤਕੀ ਆਦਮਪੁਰ ਦੇ ਨੇੜੇ ਪੈਂਦਾ ਇੱਕ ਕਰਤਾਰਪੁਰ ਵਿਧਾਨ ਸਭਾ ਹਲਕਾ, ਉੱਥੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੀ। ਉਹ ਵੱਖਰੀ ਗੱਲ ਹੈ ਕਿ ਵੋਟਾਂ ਬਹੁਤੀਆਂ ਨਹੀਂ ਪੈ ਸਕੀਆਂ, ਪਰ ਪੜ੍ਹੇ ਲਿਖੇ ਉਮੀਦਵਾਰ ਹੋਣ ਕਰਕੇ ਉਹਨਾਂ ਨੂੰ ਬੀਬੀ ਮਾਇਆਵਤੀ ਨੇ ਇਸ ਨੌਜਵਾਨ ਨੂੰ ਜਿਹੜੀ ਤਰਜੀਹ ਦਿੱਤੀ ਹੈ। ਤੇ ਵੇਖਦੇ ਹਾਂ ਕਿ ਉਹ ਜਲੰਧਰ ਲੋਕ ਸਭਾ ਹਲਕਾ ਜਿੱਥੋਂ ਕਦੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਪਵਨ ਕੁਮਾਰ ਟੀਨੂ ਨੇ 3.5 ਲੱਖ ਵੋਟਾਂ ਲੈ ਲਈਆਂ ਸੀ, ਬਲਵਿੰਦਰ ਕੁਮਾਰ ਦੀਆਂ ਵੋਟਾਂ ਦਾ ਜਿਹੜਾ ਉਹ ਮਸਲਾ ਕਿੱਥੇ ਕਿ ਤੱਕ ਕੱਪੜਦਾ। ਇਹਦੇ ਨਾਲ ਨਾਲ ਜਿਹੜੇ ਖੁਸ਼ੀ ਰਾਮ ਹੋਰੀ ਨੇ, ਉਹ ਖੁਸ਼ੀ ਰਾਮ ਹੋਰੀ ਬਹੁਜਨ ਮੁਕਤੀ ਮੋਰਚਾ ਦੇ ਕਿਸੇ ਵੇਲੇ ਸੂਬਾ ਪ੍ਰਧਾਨ ਸਨ ਤੇ ਥੋੜੇ ਮਹੀਨੇ ਪਹਿਲਾਂ ਹੀ ਉਹਨਾਂ ਨੇ ਬਹੁਜਨ ਮੁਕਤੀ ਮੋਰਚਾ ਜਿਹੜਾ ਭੰਗ ਕਰਕੇ ਬਹੁਜਨ ਸਮਾਜ ਪਾਰਟੀ ਦਾ ਹਿੱਸਾ ਬਣਨ ਦਾ ਐਲਾਨ ਕਰਤਾ ਸੀ ਤੇ ਹੁਣ ਉਹਨਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਾਉਣ ਦੀ ਜਿਹੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ। ਤੀਸਰਾ ਉਮੀਦਵਾਰ ਉਹ ਸਭ ਤੋਂ ਵੱਧ ਦਿਲਚਸਪ ਸਥਿਤੀ ਵਾਲਾ ਹੈ। ਦੇਖੋ ਜਿਹੜੇ ਵਿਕਰਮਜੀਤ ਸਿੰਘ ਸੋਢੀ ਦਾ ਚੱਕਰ ਚੱਲਦਾ ਨਾ, ਉਹ ਵਿਕਰਮਜੀਤ ਸਿੰਘ ਸੋਢੀ ਜਿਹੜੇ ਨੇ ਉਹਨਾਂ ਨੂੰ ਬਸਪਾ ਤੋਂ ਪਹਿਲਾਂ ਯੂਨਾਈਟਿਡ ਅਕਾਲੀ ਦਲ ਤੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਟਿਕਟ ਦੇ ਚੁੱਕੇ ਆ, ਉਮੀਦਵਾਰ ਆਪਣਾ ਐਲਾਨ ਚੁੱਕੇ ਉਹਨਾਂ ਨੂੰ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹਦੇ ਵਿੱਚ ਭਾਈ ਧਿਆਨ ਸਿੰਘ ਮੰਡ ਨੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਬਰਗਾੜੀ ਇਨਸਾਫ ਮੋਰਚੇ ਵੱਲੋਂ, ਉਹਦੇ ਵਿੱਚ ਵਿਕਰਮਜੀਤ ਸਿੰਘ ਸੋਢੀ ਬੈਠੇ ਹੋਏ ਸੀ ਤੇ ਇਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਦਿੱਤੀ। ਉਹ ਵੱਖਰੀ ਗੱਲ ਹੈ ਕਿ ਥੋੜੇ ਦਿਨ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਦੇ ਨਾਲ
ਇਹਨਾਂ ਦੀਆਂ ਕੁਝ ਇੱਕ ਤਸਵੀਰਾਂ ਜਿਹੜੀਆਂ ਵਾਇਰਲ ਹੋਈਆਂ ਸੀ, ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ, ਤੇ ਰਸ਼ਪਾਲ ਸਿੰਘ ਰਾਜੂ ਹੋਰਾਂ ਨੇ ਇਹ ਗੱਲ ਆਖੀ ਸੀ ਕਿ ਦੇਖੋ ਜੀ ਇਹ ਜਿਹੜੇ ਆ ਬਰਗਾੜੀ ਇਨਸਾਫ਼ ਮੋਰਚੇ ਦੇ ਉਮੀਦਵਾਰ ਨੇ ਅਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਸ਼ਾਮਲ ਹੋ ਗਏ, ਉਹਨਾਂ ਨੇ ਕੋਈ ਵਿਰੋਧ ਤਾਂ ਨਹੀਂ ਸੀ ਕੀਤੀ। ਹਾਲਾਂਕਿ ਬਾਅਦ ਵਿੱਚ ਇੱਕ ਵਾਰ ਫਿਰ ਭਾਈ ਧਿਆਨ ਸਿੰਘ ਮੰਡ ਹੋਰਾਂ ਨੇ, ਯੂਨਾਈਟਿਡ ਅਕਾਲੀ ਦਲ ਵਾਲਿਆਂ ਨੇ, ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਦਾਅਵਾ ਕੀਤਾ ਸੀ ਕਿ ਅਸਲ ਦੇ ਵਿੱਚ ਵਿਕਰਮਜੀਤ ਸਿੰਘ ਸੋਢੀ ਜਿਹੜੇ ਨੇ ਉਹ ਬਹੁਜਨ ਸਮਾਜ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ, ਸਗੋਂ ਬਹੁਜਨ ਸਮਾਜ ਪਾਰਟੀ ਨੇ ਉਹਨਾਂ ਨੂੰ ਹਮਾਇਤ ਦਿੱਤੀ ਅਨੰਦਪੁਰ ਸਾਹਿਬ ਤੋਂ। ਜਦਕਿ ਹੁਣ ਜਿਹੜੀਆਂ ਗੱਲਾਂ ਬਾਤਾਂ ਦੀ ਪੁਸ਼ਟੀ ਬਲਵਿੰਦਰ ਕੁਮਾਰ ਹੋਰਾਂ ਨੇ ਕੀਤੀ ਹੈ ਉਹਦੇ ਮੁਤਾਬਕ ਜਿਹੜਾ ਵਿਕਰਮਜੀਤ ਸਿੰਘ ਸੋਢੀ ਅੱਜ ਤੱਕ ਬਰਗਾੜੀ ਇਨਸਾਫ਼ ਮੋਰਚੇ ਵਾਲੀਆਂ ਧਿਰਾਂ ਦਾ ਉਮੀਦਵਾਰ ਹੈ, ਉਹ ਭੜਕ ਨੂੰ ਜੇ ਸਾਰਾ ਕੁਝ ਇਸੇ ਤਰੀਕੇ ਰਿਹਾ ਤੇ ਆਪਣੇ ਗੱਠਜੋੜ ਨੂੰ, ਆਪਣੀ ਪਾਰਟੀ ਨੂੰ ਲੱਤ ਮਾਰ ਕੇ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਅਨੰਦਪੁਰ ਸਾਹਿਬ ਤੋਂ ਚੋਣ ਲੜਦਾ ਜਿਹੜਾ ਉਹ ਨਜ਼ਰ ਆ ਸਕਦਾ। ਦੂਸਰੇ ਪਾਸੇ ਅਜੇ ਕਈ ਤਰ੍ਹਾਂ ਦਾ ਰੌਲਾ ਰੱਪਾ, ਕਈ ਤਰ੍ਹਾਂ ਦੀ ਦੁਚਿੱਤੀ ਹੈ, ਕਈ ਤਰ੍ਹਾਂ ਦਾ ਬੇਮੌਸਮ ਜਿਹਾ ਕੰਮ ਹੋਇਆ ਪਿਆ। ਉਹ ਕੀ ਹੈ ਕਿ ਅੱਜ ਭਗਵੰਤ ਮਾਨ ਸਾਹਿਬ ਦੁਆਰਾ ਕੀਤੇ ਗਏ ਦਾਅਵੇ ਦੇ ਮੁਤਾਬਕ ਇਹ ਪਤਾ ਲੱਗ ਜਾਣਾ ਚਾਹੀਦਾ ਸੀ ਕਿ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਪੰਜਾਬ ਦੀਆਂ ਕਿੰਨੀਆਂ ਕਿੰਨੀਆਂ ਲੋਕ ਸਭਾ ਸੀਟਾਂ ਤੋਂ ਚੋਣ ਲੜਨਗੇ। ਚਾਰ ਦਿਨ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਖੁਦ ਪੱਤਰਕਾਰਾਂ ਨੂੰ ਕਿਹਾ ਸੀ ਕਿ ਸਾਡੀ 7 ਤਰੀਕ ਨੂੰ ਮੀਟਿੰਗ ਹੈ ਤੇ 7 ਦੀ ਮੀਟਿੰਗ ਦੇ ਵਿੱਚ ਸੀਟਾਂ ਦੀ ਵੰਡ ਹੋਜੂ। ਪਰ ਅੱਜ ਆਮ ਆਦਮੀ ਪਾਰਟੀ ਕੋਰ ਕਮੇਟੀ ਦੀ ਪਹਿਲਾਂ ਮੀਟਿੰਗ ਹੁੰਦੀ ਹੈ, ਲੰਬੀ ਚੱਲਦੀ ਹੈ, ਉਹਦੇ ਤੋਂ ਬਾਅਦ ਟਕਸਾਲੀਆਂ ਦੇ ਇੱਕ ਧਿਰ ਦੇ ਨਾਲ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮਿਲ ਬੈਠਦੀ ਹੈ, ਗੱਲਾਂ ਬਾਤਾਂ ਕਰਦੀ ਹੈ, ਪਰ ਮਾਮਲਾ ਕਿਸੇ ਤੜਪਤਣ ਲੱਗ ਨਹੀਂ ਸਕਿਆ। ਹੁਣ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਅਸੀਂ ਇੱਕ ਸਿਟਿੰਗ ਹੋਰ ਕਰਾਂਗੇ, ਅਸੀਂ ਰਲ ਮਿਲ ਕੇ ਇੱਕ ਵਾਰੀ ਫਿਰ ਬੈਠਾਂਗੇ ਤੇ ਉਸ ਮੀਟਿੰਗ ਤੋਂ ਬਾਅਦ ਮੀਡੀਆ ਕਰਮੀਆਂ ਨੂੰ ਦੱਸ ਦਿਆਂਗੇ ਕਿ ਭਾਈ ਕਿੰਨੀਆਂ ਸੀਟਾਂ ਪੰਜਾਬ ਦੀਆਂ 13 ਚੋਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਤੇ ਕਿੰਨੀਆਂ ਸੀਟਾਂ ਜਿਹੜੀਆਂ ਅਕਾਲੀ ਦਲ ਟਕਸਾਲੀ ਦੇ ਹਿੱਸੇ ਆਈਆਂ। ਚਲੋ ਚੰਗੀ ਗੱਲ ਹੈ, ਪਤਾ ਲੱਗ ਜਾਣਾ ਚਾਹੀਦਾ। ਪਰ ਉਧਰ ਜਿਹੜੇ ਇਹਨਾਂ ਦੇ ਸਪੋਕਸ ਪਰਸਨ ਨੇ, ਹੁਣੇ ਹੁਣੇ ਵਿਦਿਆਰਥੀ ਜਥੇਬੰਦੀ ਛੱਡੀ ਆ ਉਹਨਾਂ ਨੇ, ਕਰਨੈਲ ਸਿੰਘ ਪੀਰ ਮੁਹੰਮਦ ਉਹ ਟਕਸਾਲੀ ਅਕਾਲੀ ਦਲ ਦੇ ਸਪੋਕਸ ਪਰਸਨ, ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਜੀ ਅੱਜ ਹੀ ਸੁਖਪਾਲ ਖਹਿਰਾ ਦਾ ਫੋਨ ਆਇਆ ਸੀ ਸਾਡੀ ਪਾਰਟੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾ ਨੂੰ, ਤੇ ਸੁਖਪਾਲ ਸਿੰਘ ਖਹਿਰਾ ਵੀ ਚਾਹੁੰਦੇ ਆ ਕਿ ਆਪਾਂ ਸਾਰੇ ਜਾਣੇ ਰਲ ਮਿਲ ਕੇ ਚੱਲੀਏ, ਆਪਾਂ ਗੱਠਜੋੜ ਦੇ ਵਿੱਚ ਹੀ ਰਹੀਏ, ਸੱਜੇ ਖੱਬੇ ਨਾ ਹੋਈਏ। ਤੇ ਦੂਸਰੇ ਪਾਸੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਵੀ ਕਹਿਤਾ, ਕਹਿੰਦੇ ਸਾਡੇ ਦਰਵਾਜ਼ੇ ਪੀਡੀ ਵਾਲੇ ਵੀ ਖੁੱਲ੍ਹੇ ਆ, ਕਿਉਂਕਿ ਜਿਹੜੇ ਬ੍ਰਹਮਪੁਰਾ ਸਾਹਿਬ ਨੇ ਪਾਰਟੀ ਦੇ ਪ੍ਰਧਾਨ, ਉਹ ਕਹਿੰਦੇ ਉਹ ਚਾਹੁੰਦੇ ਆ ਕਿ ਅਸੀਂ ਸਾਰੇ ਜਾਣੇ ਰਲ ਮਿਲ ਕੇ ਪੰਜਾਬ 'ਚ ਇੱਕ ਐਸੀ ਸਿਆਸੀ ਤਾਕਤ ਬਣੀਏ ਜਿਸ ਤਰ੍ਹਾਂ ਦੀ ਤਾਕਤ ਕਦੇ 4 ਸਾਲ ਪਹਿਲਾਂ ਆਮ ਆਦਮੀ ਪਾਰਟੀ ਬਣੀ ਸੀ। ਚਲੋ ਉਹਨਾਂ ਨੇ ਤੱਕ ਜੋ ਕਹਿਣਾ ਸੀ ਕਹਿਤਾ, ਪਰ ਇਹ ਗੱਲ ਜ਼ਰੂਰ ਹੈ ਕਿ ਅਜੇ ਤੱਕ ਜਿੱਥੇ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਦੀ ਗੱਠਜੋੜ ਦੇ ਰੂਪ 'ਚ ਗੱਲ ਬਣਦੀ ਪ੍ਰਤੀਤ ਨਹੀਂ ਹੋ ਰਹੀ, ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਟਕਸਾਲੀਆਂ ਦੇ ਨਾਲ ਇੱਕ ਵਾਰੀ ਫਿਰ ਕੁੰਡਾ ਖੋਲੋ ਵਾਲੀ ਗੱਲ ਜਿਹੜੀ ਹੈ ਉਹ ਕਰਨੀ ਸ਼ੁਰੂ ਕਰਤੀ। ਤੇ ਹੁਣ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਜੇ ਅਨੰਦਪੁਰ ਸਾਹਿਬ ਦੀ ਸੀਟ ਦਾ ਹੀ ਰੌਲਾ ਹੈ, ਕਿਉਂਕਿ ਨਰਿੰਦਰ ਸਿੰਘ ਸ਼ੇਰਗਿੱਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ, ਉਹ ਕਹਿੰਦੇ ਮੈਨੂੰ 4 ਮਹੀਨੇ ਹੋ ਗਏ, ਮੈਂ 80% ਪਿੰਡਾਂ ਦਾ, ਸ਼ਹਿਰਾਂ ਦਾ, ਕਸਬਿਆਂ ਦਾ ਦੌਰਾ ਕਰ ਲਿਆ। ਤੇ ਵੀਰ ਦਵਿੰਦਰ ਸਿੰਘ ਹੋਰੀ ਟਕਸਾਲੀਆਂ ਦੇ ਹੈ, ਮੈਂ ਕਹਿੰਦੇ ਆਪਣੀ ਸੀਟ ਉਹਨਾਂ ਲਈ ਕਿਵੇਂ ਖਾਲੀ ਕਰਦੇ ਹਾਂ ਜਿਹੜੇ ਵੀਰ ਦਵਿੰਦਰ ਸਿੰਘ ਹੋਰਾਂ ਦੀ ਰਹਿਸ਼, ਉਹਨਾਂ ਦਾ ਪਿੰਡ ਵੀ ਇਸ ਹਲਕੇ ਦੇ ਵਿੱਚ ਨਹੀਂ ਪੈਂਦਾ, ਮੇਰਾ ਤਾਂ ਕਹਿੰਦੇ ਸਭ ਕੁਝ ਹੀ ਇੱਥੇ ਹੈ। ਸੋ ਦੇਖਦੇ ਹਾਂ ਕਿ ਹੁਣ ਅਨੰਦਪੁਰ ਸਾਹਿਬ ਦੀ ਸੀਟ ਦਾ ਰੌਲਾ ਜਾਂ ਮਸਲਾ ਵਿੱਚੋਂ ਕੁਝ ਹੋਰ ਵੀ ਨਿਕਲ ਕੇ ਸਾਹਮਣੇ ਆਉਂਦਾ ਹੈ ਜੀ। ਤੇ ਤੁਸੀਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਗੱਲ ਕੀਤੀ ਹੈ ਤੇ ਗੱਲ ਉਹਨਾਂ ਦੀ ਦੂਜੀ ਵੀ ਚੱਲੀ ਜਾਂਦੀ ਹੈ ਕਿ ਪ੍ਰਧਾਨ ਸਨਕਦੀਪ ਹੋਰਾਂ ਨੂੰ ਲਾਇਆ ਪਿਆ ਹੈ ਤੇ ਚੌਧਰ ਸੁਖਪਾਲ ਸਿੰਘ ਖਹਿਰਾ ਹੋਰੇ ਕਰੀ ਜਾਂਦੇ ਆ, ਵਿਰੋਧੀਆਂ ਨੇ ਨਿਸ਼ਾਨੇ ਲਾਲੇ ਜੀ ਸਿਨ ਸਿਨ ਕੇ। ਦੇਖੋ ਵਿਰੋਧੀ ਕਹਿੰਦੇ ਆ ਕਿ ਨੈਤਿਕ ਤੌਰ ਤੇ ਇਹ ਬਹੁਤ ਗਲਤ ਗੱਲ ਹੈ, ਸੁਖਪਾਲ ਖਹਿਰਾ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੰਦਾ। ਨੈਤਿਕ ਤੌਰ ਤੇ ਸੱਚੀ ਮੁੱਚੀ ਇਹ ਗੱਲ ਠੀਕ ਨਹੀਂ, ਨੈਤਿਕ ਤੌਰ ਦੇ ਉੱਤੇ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਸੁਖਪਾਲ ਖਹਿਰਾ ਨੂੰ ਖੁਦ ਉਹਨਾਂ ਦੀ ਪਾਰਟੀ ਦੇ ਜਿੰਨੇ ਕੁ ਬੰਦੇ ਸੀਗੇ ਪਹਿਲੇ ਦਿਨ ਐਡਹੋਕ ਪ੍ਰਧਾਨ ਚੁਣਿਆ, ਤੇ ਜਦੋਂ ਸੁਖਪਾਲ ਖਹਿਰਾ ਨੂੰ ਪੁੱਛਿਆ ਗਿਆ ਕਿ ਤੁਸੀਂ ਕਹਿੰਦੇ ਹੋ ਮੈਂ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਹਾਂ, ਆ ਜਿਹੜੇ ਤੁਸੀਂ ਫਾਰਮ ਭਰ ਕੇ ਦਿੱਤੇ ਨੇ ਇਲੈਕਸ਼ਨ ਕਮਿਸ਼ਨ ਦੇ ਕੋਲ ਕਿ ਅਸੀਂ ਪੰਜਾਬ ਏਕਤਾ ਪਾਰਟੀ ਰਜਿਸਟਰਡ ਕਰਾਉਣੀ ਹੈ, ਰਜਿਸਟਰਡ ਕਰ ਦਿਓ, ਅਗਲਿਆਂ ਨੇ ਜਦੋਂ ਉਹ ਗੱਲ ਜਨਤਕ ਕੀਤੀ ਕਿ ਤੁਸੀਂ ਲੋਕੋ ਕੋਈ ਇਤਰਾਜ਼ ਤਾਂ ਨਹੀਂ ਨਾਂ ਤੇ ਪਾਰਟੀ ਤੇ ਪਾਰਟੀ ਦੇ ਅਹੁਦੇਦਾਰਾਂ ਤੇ ਪਾਰਟੀ ਦੇ ਸਿਧਾਂਤ ਤੇ ਕੋਈ ਇਤਰਾਜ਼ ਆ ਤੇ ਹੁਣ ਦੱਸ ਦੋ, ਭਲਕੇ ਫਿਰ ਗੱਲ ਜਿਹੜੀ ਹੈ ਬਣਨੀ ਨਹੀਂ। ਤੇ ਉਸ ਫਾਰਮ ਦੇ ਵਿੱਚ ਲਿਖਿਆ ਸੀ ਕਿ ਸਨਕਦੀਪ ਸਿੰਘ ਸੰਧੂ ਜਿਹੜੇ ਹੈ ਉਹ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਨੇ, ਉਹਦੇ ਤੋਂ ਬਾਅਦ ਜਸਵੰਤ ਸਿੰਘ ਨੇ ਇੱਕ, ਉਹ ਜਨਰਲ ਸਕੱਤਰ ਨੇ, ਫਰੀਦਕੋਟ ਤੋਂ ਤਿੰਨੋਂ ਬੰਦੇ ਤਿੰਨਾਂ ਦੇ ਅਹੁਦੇ ਦਿੱਤੇ ਹੋਏ ਆ, ਬਾਕੀ ਕਿਸੇ ਦਾ ਨਹੀਂ ਦਿੱਤਾ। ਸੁਖਪਾਲ ਖਹਿਰਾ ਕਹਿੰਦੇ ਆ ਕਿ ਦੇਖੋ ਇਹਦੇ ਵਿੱਚ ਕੋਈ
ਧੋਖੇ ਵਾਲੀ ਗੱਲ ਨਹੀਂ। ਉਹ ਕਹਿੰਦੇ ਪਾਰਟੀ ਰਜਿਸਟਰ ਕਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਬਹੁਤ ਵਾਰੀ ਦਿੱਲੀ ਦੇ ਚੱਕਰ ਲਾਉਣੇ ਪੈਂਦੇ ਆ ਤੇ ਪੰਜਾਬ ਚ ਜਿੱਦਾਂ ਦਾ ਕਹਿੰਦੇ ਸਿਆਸੀ ਮਾਹੌਲ ਬਣਿਆ ਹੋਇਆ, ਮੈਂ ਤਾਂ ਇੱਕ ਦਿਨ ਵੀ ਪੰਜਾਬ ਤੋਂ ਬਾਹਰ ਨਹੀਂ ਜਾ ਸਕਦਾ। ਇਸ ਕਰਕੇ ਉਹ ਕਹਿੰਦੇ ਪਾਰਟੀ ਨੇ ਡਿਊਟੀ ਸਨਕਦੀਪ ਸੰਧੂ ਦੀ ਲਾਈ ਹੈ ਕਿ ਸੰਕਦੀਪ ਜੀ ਤੁਸੀਂ ਜਾ ਕੇ ਪਾਰਟੀ ਰਜਿਸਟਰ ਕਰਾਓ, ਜਿੰਨੀ ਕੁ ਵਾਰੀ ਦਿੱਲੀ ਜਾਣਾ ਆਉਣਾ ਪੈਂਦਾ ਜਾਓ। ਤੇ ਉਹ ਕਹਿੰਦੇ ਕਿਹੜਾ ਸਨਕਦੀਪ ਸੰਧੂ ਨੇ ਪ੍ਰਧਾਨ ਰਹਿਣਾ, ਇਹ ਤਾਂ ਜਿੱਦਣ ਪਾਰਟੀ ਰਜਿਸਟਰਡ ਹੋ ਗਈ ਆਪਾਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕਰ ਲਾਂਗੇ, ਵਲੰਟੀਅਰ ਵੀ ਸੱਦ ਲੈਣੇ ਆ। ਫਿਰ ਜਿਹਨੂੰ ਪ੍ਰਧਾਨਗੀ ਦਾ ਅਹੁਦਾ ਦੇਣਗੇ, ਜਿਹਨੂੰ ਪ੍ਰਧਾਨਗੀ ਦਾ ਤੋਹਫਾ ਦੇ ਦੇਣਗੇ, ਉਹ ਬੰਦਾ ਪ੍ਰਧਾਨਗੀ ਮੁੜ ਕੇ ਸਭ ਨੂੰ ਕਹਿੰਦੇ ਇੱਕ ਵਾਰੀ ਪ੍ਰਧਾਨ ਬਣਿਆ ਕਿਤੇ ਸਾਰੀ ਉਮਰ ਪ੍ਰਧਾਨ ਥੋੜੀ ਰਹਿਣਾ। ਸੋ ਕੁੱਲ ਮਿਲਾ ਕੇ ਜੁਗਪਾਲ ਸਿੰਘ ਖਹਿਰਾ ਨੇ ਇਸ ਮਸਲੇ ਨੂੰ ਥੋੜਾ ਜਿਹਾ ਸੱਜੇ ਖੱਬੇ ਕਰਨ ਦੀ ਯਤਨ ਕੀਤਾ, ਪਰ ਮੁੱਕਦੀ ਗੱਲ ਅਸਲ ਚ ਉੱਥੇ ਕੀ ਆ ਕੇ ਹੈ ਕਿ ਜੇ ਸੁਖਪਾਲ ਸਿੰਘ ਖਹਿਰਾ ਖੁਦ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਪਾਰਟੀ ਰਜਿਸਟਰ ਕਰਾਉਣ ਦੀ ਯਤਨ ਕਰਦੇ ਤਾਂ ਉਹਨਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੁਰੰਤ ਖਾਰਜ ਹੋਣ ਦਾ ਖਦਸ਼ਾ ਸੀ। ਤੇ ਜੇ ਤੁਰੰਤ ਖਾਰਜ ਹੋ ਜਾਂਦੀ ਤਾਂ ਫਿਰ ਭੁਲਾਥਾ ਹਲਕੇ ਦੀ ਜ਼ਮੀਨੀ ਚੋਣ ਜਿਹੜੀ ਹੈ ਉਹ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੀ ਹੋ ਜਾਣੀ ਸੀ। ਇਹ ਗੱਲ ਸੁਖਪਾਲ ਸਿੰਘ ਖਹਿਰਾ ਦੇ ਲਈ ਮੌਜੂਦਾ ਸਿਆਸੀ ਦ੍ਰਿਸ਼ਟ ਵਿੱਚ ਸਭ ਤੋਂ ਔਖੀ ਹੈ ਤੇ ਇਸੇ ਕਰਕੇ ਉਹਨਾਂ ਨੇ ਕਿਸੇ ਦੇ ਨਾਂ ਦੇ ਉੱਤੇ ਪਾਰਟੀ ਰਜਿਸਟਰ ਕਰਾਉਣ ਦੀ ਚਾਰਾਜੋਈ ਕੀਤੀ ਤਾਂ ਜੋ ਘੱਟੋ ਘੱਟ ਇਸ ਮਾਹੌਲ ਤੋਂ ਜਿਹੜਾ ਕਿ ਜ਼ਿਮਨੀ ਚੋਣ ਵੀ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਆਉਣ ਦੀ ਆਸ ਸੀ ਉਹਦੇ ਤੋਂ ਉਹ ਬਚ ਸਕਣ। ਜੀ ਤੇ ਰਾਫੇਲ ਡੀਲ ਵਾਲਾ ਮਾਮਲਾ ਕੀ ਹੈ ਜੀ, ਇਹਦੀ ਵੀ ਅਦਾਲਤੀ ਸੁਣਵਾਈ ਹੋ ਗਈ, ਜਦੋਂ ਫਾਈਲਾਂ ਹੀ ਗੁੰਮ ਹੋ ਗਈਆਂ ਜੀ, ਹੁਣ ਸੁਣਵਾਈ ਕਾਹਦੀ? ਸੁਖਨੈਬ ਜੀ ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਮੰਤਰਾਲੇ ਦੇ ਦਫ਼ਤਰ ਚੋਂ ਚੋਰੀ ਹੋਈਆਂ ਨਾ, ਉਹ ਤਾਂ ਫੇਰ ਵੀ ਇੱਕ ਸਰਕਾਰੀ ਮੰਤਰੀ ਦਾ ਦਫ਼ਤਰ ਸੀ। ਇੱਥੇ ਪੰਜਾਬ ਚ ਨਹੀਂ ਅੰਮ੍ਰਿਤਸਰ ਦੇ ਵਿੱਚ ਇੱਕ ਪੂਰਾ ਪਰਿਵਾਰ ਖੁਦਕੁਸ਼ੀ ਕਰ ਗਿਆ ਸੀ ਇੱਕ ਬਹੁਤ ਵੱਡੇ ਪੁਲਿਸ ਅਧਿਕਾਰੀ ਦੀ ਜ਼ਿਆਦਤੀ ਦੇ ਕਰਕੇ। ਘਰ ਦੀਆਂ ਕੰਧਾਂ ਦੇ ਉੱਤੇ ਵੀ ਨਾਂ ਲਿਖ ਕੇ ਗਿਆ ਸੀ ਕਿ ਫਲਾਨੇ ਅਧਿਕਾਰੀ ਦੇ ਕਰਕੇ ਮਰ ਚੱਲੇ ਆ। ਪਹਿਲਾਂ ਬੰਦਾ ਬਰੀ ਕਰਤਾ, ਜਥੇਬੰਦੀਆਂ ਵਿੱਚ ਪਈਆਂ, ਉਹਨਾਂ ਨੇ ਸਬੂਤ ਇਕੱਠੇ ਕਰਕੇ ਅਦਾਲਤ ਨੂੰ ਦਿੱਤੇ, ਜੱਜ ਸਾਹਿਬ ਨੇ ਸਬੂਤ ਵੇਖੇ ਪੜ੍ਹੇ ਤਾਂ ਫਿਰ ਕਿਆ ਰਿਕਾਰਡ 'ਚ ਰੱਖੋ, ਉਹ ਫਾਈਲ ਅਦਾਲਤ ਦੇ ਰਿਕਾਰਡ 'ਚ ਗੁੰਮ ਹੋ ਗਈ। ਹੁਣ ਜੇ ਇਸ ਮਹਾਨ ਦੇਸ਼ ਦੇ ਵਿੱਚ ਅਦਾਲਤ ਦੇ ਵਿੱਚੋਂ ਵੀ ਫਾਈਲਾਂ ਗੁੰਮ ਹੋ ਸਕਦੀਆਂ, ਉਹ ਤਾਂ ਫਿਰ ਵੀ ਇੱਕ ਸਰਕਾਰੀ ਦਫ਼ਤਰ ਸੀ ਭਾਈ। ਹਾਲਾਂਕਿ ਇਹ ਜਿਹੜੀ ਫਾਈਲ ਹੈ ਇਹ ਬਹੁਤ ਮਹੱਤਵਪੂਰਨ ਹੈ, ਸੁਰੱਖਿਆ ਦੇ ਮੱਦੇਨਜ਼ਰ, ਦੋ ਦੇਸ਼ਾਂ ਦੇ ਸੰਬੰਧਾਂ ਦੇ ਮੱਦੇਨਜ਼ਰ, ਕਈ ਚੀਜ਼ਾਂ ਦੇ ਮੱਦੇਨਜ਼ਰ, ਪਰ ਰੌਲਾ ਗੌਲਾ ਕਿਸੇ ਹੋਰ ਚੀਜ਼ ਦਾ ਹੁਣ ਪੈ ਗਿਆ। ਅਸਲ 'ਚ ਹੋਇਆ ਕੀ ਸੀ ਕਿ ਜਦੋਂ ਰਫੇਲ ਜਹਾਜ਼ਾਂ ਦਾ ਰੌਲਾ ਪਿਆ, ਵਿਰੋਧੀ ਧਿਰ ਨੇ ਕਿਹਾ ਸੀ ਕਿ ਬਹੁਤ ਮਹਿੰਗੇ ਖਰੀਦੇ ਆ, ਮੋਟਾ ਕਮਿਸ਼ਨ ਖਾਧਾ ਗਿਆ, ਫਲਾਨੇ ਫਲਾਨੇ ਬੰਦੇ ਨੂੰ ਇੰਨੇ ਹਜ਼ਾਰ ਕਰੋੜ ਰੁਪਈਏ ਦਾ ਲਾਭ ਜਿਹੜਾ ਮੌਜੂਦਾ ਕੇਂਦਰ ਸਰਕਾਰ ਨੇ ਦਵਾਉਣ ਦਾ ਯਤਨ ਕੀਤਾ। ਪਰ ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਦੀਆਂ ਲੰਬਾ ਸਮਾਂ ਦਲੀਲਾਂ ਸੁਣਨ ਤੋਂ ਬਾਅਦ ਇਹ ਕਹਿ ਦਿੱਤਾ ਸੀ ਕਿ ਨਹੀਂ, ਰਫੇਲ ਡੀਲ ਦੇ ਵਿੱਚ ਸਰਕਾਰ ਨੂੰ ਕਲੀਨ ਚਿੱਟ ਹੈ, ਕੋਈ ਘਪਲਾ ਨਹੀਂ ਹੋਇਆ, ਕੋਈ ਏਦਾਂ ਦੀ ਗੱਲ ਨਹੀਂ। ਫਿਰ ਕਈ ਪਟੀਸ਼ਨਾਂ ਪਈਆਂ ਇਸ ਨੂੰ ਕਲੀਨ ਚਿੱਟ ਦੇਣ ਦੇ ਵਿਰੋਧ ਦੇ ਵਿੱਚ, ਤੇ ਉਹ ਜਿਹੜੀਆਂ ਦੁਬਾਰਾ ਪੁਨਰ ਵਿਚਾਰ ਪਟੀਸ਼ਨਾਂ ਪਈਆਂ ਸੀ, ਰਿਵਿਊ ਪਟੀਸ਼ਨ, ਉਹਨਾਂ ਦੇ ਉੱਤੇ ਇਕੱਠਿਆਂ ਹੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋਈ। ਜਿੱਦਾਂ ਹੀ ਸੁਣਵਾਈ ਸ਼ੁਰੂ ਹੋਈ, ਜਿਹੜੇ ਪ੍ਰਸ਼ਾਂਤ ਭੂਸ਼ਣ ਨੇ ਵਕੀਲ ਸਾਹਿਬ, ਜਿਨ੍ਹਾਂ ਨੇ ਆਪਣੇ ਬਾਪੂ ਸ਼ਾਂਤੀ ਭੂਸ਼ਣ ਦੇ ਨਾਲ ਮਿਲ ਕੇ ਅਰਵਿੰਦ ਕੇਜਰੀਵਾਲ ਦਾ ਸਾਥ ਬਹੁਤ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ ਖੜੀ ਕਰਨ ਦੇ ਲਈ, ਉਹ ਪ੍ਰਸ਼ਾਂਤ ਭੂਸ਼ਣ ਹੋਰੀ ਉੱਠ ਕੇ ਕਹਿੰਦੇ ਆ ਜੀ ਦੇਖੋ ਗੜਬੜੀਆਂ ਤਾਂ ਹੋਈਆਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਆਹ ਦੇਖੋ ਅਸੀਂ ਕੁਝ ਨਵੇਂ ਦਸਤਾਵੇਜ਼ ਸਬੂਤਾਂ ਦੇ ਤੌਰ ਤੇ ਲੈ ਕੇ ਆਏ ਹਾਂ, ਜੇ ਜੱਜ ਸਾਹਿਬ ਤੁਹਾਡੀ ਆਗਿਆ ਹੋਵੇ ਤਾਂ ਮੈਂ ਟੇਬਲ ਤੇ ਰੱਖਣਾ ਚਾਹੁੰਦਾ। ਅਜੇ ਜੱਜ ਸਾਹਿਬ ਨੇ ਕੁਝ ਆਖਿਆ ਹੀ ਨਹੀਂ ਸੀ। ਭਾਰਤ ਸਰਕਾਰ ਦੇ ਜਿਹੜੇ ਸਰਕਾਰੀ ਵਕੀਲ ਨੇ ਅਟਾਰਨੀ ਜਨਰਲ ਨੇ ਕੇ ਵੇਣੂਗੋਪਾਲ, ਉਹ ਕਹਿੰਦੇ ਨਾ ਜੀ ਜੱਜ ਸਾਹਿਬ ਇਹ ਦਸਤਾਵੇਜ਼ ਬਿਲਕੁਲ ਟੇਬਲ ਤੇ ਨਾ ਰੱਖਣ ਦਿਓ। ਉਹ ਕਹਿੰਦੇ ਜੀ ਇਹ ਦਸਤਾਵੇਜ਼ ਸਰਕਾਰੀ ਦਫ਼ਤਰ ਵਿੱਚੋਂ ਚੋਰੀ ਕਰਕੇ ਲਿਆਂਦੇ ਆ। ਚਲੋ ਨਾਲ ਦੀ ਨਾਲ ਉਹ ਕਹਿੰਦੇ ਕੋਰਟ ਬਿਲਕੁਲ ਰਿਕਾਰਡ ਤੇ ਨਾ ਲਵੇ। ਉਹਨਾਂ ਨੇ ਅਗਲੀ ਕਹਾਣੀ ਕਹਿਤੀ, ਕਹਿੰਦੇ ਪਾਕਿਸਤਾਨ ਦੇ ਕੋਲ F-16 ਜਹਾਜ਼ ਹੈਗੇ ਆ ਜਿਹੜੇ ਉਹਨਾਂ ਨੇ ਵਰਤੇ, ਉਹ ਇਸ ਕਰਕੇ ਕਹਿੰਦੇ ਜਦੋਂ ਦੁਸ਼ਮਣ ਦੇਸ਼ਾਂ ਦੇ ਕੋਲ ਵਧੀਆ ਹਥਿਆਰ ਹੋਣ, ਜਹਾਜ਼ ਹੋਣ, ਸਾਨੂੰ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਰਾਫੇਲ ਦੀ ਬਹੁਤ ਲੋੜ ਹੈ, ਜੇ ਤੁਸੀਂ ਕਿਸੇ ਕੋਈ ਜਾਂਚ ਪੜਤਾਲ CBI ਦੀ ਜਾਂ ਕਿਸੇ ਹੋਰ ਦੀ ਸ਼ੁਰੂ ਕਰਾਤੀ, ਸਾਨੂੰ ਖਦਸ਼ਾ ਹੈ ਕਿ ਰਫੇਲਾਂ ਦੀ ਡਿਲੀਵਰੀ ਜਿਹੜੀ ਹੈ ਹਾਲ ਦੀ ਘੜੀ ਰੁਕ ਸਕਦੀ ਹੈ, ਜਿਹੜੀ ਕਿ ਦੇਸ਼ ਦੀ ਸੁਰੱਖਿਆ ਦੇ ਲਈ ਬਹੁਤ ਘਾਤਕ। ਸੁਪਰੀਮ ਕੋਰਟ ਨੇ ਉਸ ਲਈ ਗੱਲ ਫੜ ਲਈ, ਉਹ ਕਹਿੰਦੇ ਜਦੋਂ ਕੋਈ ਰਿਸ਼ਵਤਖੋਰੀ ਦਾ ਮਾਮਲਾ ਆਉਂਦਾ, ਜਦੋਂ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਆਉਂਦਾ, ਜਦੋਂ ਵੀ ਕੋਈ ਦੋ ਦੇਸ਼ਾਂ ਦੇ ਸੰਬੰਧਾਂ ਦੇ ਵਿੱਚੋਂ ਊਣਤਾਈ ਦਾ ਮਾਮਲਾ ਆਉਂਦਾ, ਹਰ ਵਾਰੀ ਸਰਕਾਰ ਕਹਿੰਦੀ ਜੀ ਰਾਸ਼ਟਰ ਦੀ ਸੁਰੱਖਿਆ ਦਾ ਸਵਾਲ ਹੈ, ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ, ਉਹ ਕਹਿੰਦੇ ਕਿੰਨੀ ਕੁ ਦੇਰ ਆਪਾਂ ਇੱਦਾਂ ਬਚਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਅਦਾਲਤ ਨੇ ਤਾਂ ਸ਼ੁਰੂਆਤੀ ਦੌਰ 'ਚ ਇੱਥੋਂ ਤੱਕ ਵੀ ਕਹਿਤਾ ਸੀ। ਉਹ ਕਹਿੰਦੇ ਜੇ ਦਸਤਾਵੇਜ਼ ਸੱਚੀ ਮੁੱਚੀ ਕੰਮ ਦੇ ਹੈ, ਜੇ ਇਹ ਦਸਤਾਵੇਜ਼ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਕਰਾਉਣ ਦੇ ਵਿੱਚ ਕੰਮ ਦੇ ਸਕਦੇ ਹੈ,
फिर भावे चोरी जे होण ते भावे डाके दे होण ते भावे सधारण होण दस्तावेज सही होने चाहिए है जे चोरी दे भी है तो कहते कि आप इन्हां नूं टेबल ना कराइए। हालांकि बाद विच सरकार ने जिहड़ी सीलबंद रिपोर्ट दित्ती सी अदालत ने कहता कि आपां केवल इहदे ते कार्रवाई करनी है। प्रशांत भूषण जी तुसीं अपने यह दस्तावेज नहीं रख सकते। चलो हुण कहानी देखो की हुई सी। कहानी यह हुई सी कि भारत का एक बहुत वड्डा मीडिया अदारा द हिंदू जी इंग्लिश न्यूज पेपर है द हिंदू वालिया ने राफेल डील नाल संबंधित कुछ दस्तावेज छापे सी। लोगों दी अखां खुलियां दी खुलियां रह गईयां कि भाई ऐ भी हो जांदा। ते उहदे तों बाद हुण उसे ग्रुप दे चेयरमैन एन राम ने कहा कि मैं तां लोगों दे हित दे विचों सारी जानकारी छापी सी, सूत्र मेरा गुप्त सी, जिहदे तों हुकम पता लगा ते जो मर्जी हो जाए। मैं एक मीडिया कर्मी हां ते मैं कदे भी अपने सूत्रां दा नां नहीं दसणा। दूसरे पासे राहुल गांधी दा बयान आ गया। उह कहिंदे देखो राफेल समझौते दे विच भ्रष्टाचार होया ते हुण भ्रिष्टाचार के सबूत भी प्रधानमंत्री नरेंद्र मोदी साहब के खिलाफ आ गए, इस करके हुण तां भ्रिष्टाचार का मुकदमा जिहड़ा उह चला ही लेना चाहिए। नाल दी नाल इह भी अपने आप दे विच महत्वपूर्ण है कि जिहड़े अठ सफे हुण अटॉर्नी जनरल साहब कहिंदे आ कि सरकारी दफ्तर दे विचों चोरी कराए गए आ, अज तक उहदी एफ आई आर क्यों नहीं दर्ज कराई? कहिंदे जी असीं अजे तैयारी कर रहे हैं एफ आई आर दर्ज करवानी है। हुण जे सरकार नूं पता लग गया सी तुरंत एफ आई आर होनी चाहीदी सी ते उन्होंने कहा कि एफ आई आर भी करावांगे, उहदे विच प्रशांत भूषण का भी नाम भी देंगे, अरुण शौरी का भी नाम देंगे, जशवंत सिन्हा का भी नाम देंगे। तो मूहरे प्रशांत भूषण कहिंदा सानूं डराउण की कोशिश ना करो। वैसे भी वह कहिंदे कि असीं कोला घोटाला 2G घोटाला बहुत सारिया चीजा ने जिहदे विच विसल बलोर तो दस्तावेज पत्रकार जिहड़े आ जां वकील जिहड़े आ उह लै लैंदे आ, ते जे असीं विसल बलोरां तो दस्तावेज नहीं लवांगे तां कदे भी सच जिहड़ा कि परदे दे पिछे लुकिया हुंदा उह सामणे नहीं आ सकदा। लोक सभा दीआं चोणां दे लई कोड ऑफ कंडक्ट लगण तों ठीक पहलां सुखनैब जी राफेल डील नाल संबंधित दस्तावेजां दे चोरी होण दा पता लगना, उहनां दस्तावेजां नूं अदालत दे विच जाणी कि सुप्रीम कोर्ट दे विच रखण दा यतन करना, ते इहदे तों बाद सरकार नूं कई तरहां दीआं झाड़ां पैणियां, इह सारा कुछ अपने आप दे विच ही बहुत महत्वपूर्ण है। लगदा है कि जे इदां ही कामकार चलदा रहा कोई बहुत वड्डा मूड ना आया तां भारतीय जनता पार्टी नूं हुण नवें इस मुद्दे ते कुछ सियासी घाटा पै सकदा है। जी मार साहब इक ब्रेक लै लईए जी आपां फिर अगली गल करांगे। जी ब्रेक तो बाद एक बार फिर सारे सज्जना का स्वागत। ते व्हाट्सएप बीबी बादल दे हलके वास्ते अकाली दल डबल माइंडेड होया बैठा जी। सुखनैब जी एक हफ्ता पहला तक अकाली दल बादल दियां जिस तरह दियां सरगर्मियां सी उनू वेखदियां लगदा सी कि उन्होंने बठिंडा लोक सभा हलके तो ही तीसरी बारी बीबी हरसिमरत कौर बादल नूं चोण लड़ाउण दा मन बना लिया। पर हुण पिछले 5-6-7 दिनों तो अकाली दल की सीनियर लीडरशिप सच्ची मुची दुचित्ती है। दुचित्ती इस गल की है कि कांग्रेस पार्टी ने अजे तक अपने पत्ते नहीं खोले कि बठिंडे तो उम्मीदवार किनू बनाया जाएगा जी। इन्नी गल भी पक्की है कि जे बादल परिवार का ही कोई मैंबर बीबी बादल के खिलाफ आके चोन लड़ता तो ऐतकी अकाली दल के लिए यह जंग जितनी जी डाढ़ी औखी होजू। बीबी बीनू बादल के भी चर्चे चलते हैं, मनप्रीत बादल डिनाई कर चुके हैं, बिच विचाले मनप्रीत बादल का भी चर्चा चलता। तो जे कांग्रेस पार्टी की हाईकमांड ने कहा कि भाई तुसी तो चोन लड़नी है लड़नी पेगी तो फिर लड़नी भी पै सकती है। इहदे नाल नाल अकाली दल बादल के बारे पता लग्या कि उन्होंने एक दो सर्वेखण अंदरूनी तौर पर कराए ते सर्वेखणा दे विच साफ तौर पर पता लगता कि अदकी जित यकीनी नहीं, पर इहदा मतलब यह भी नहीं कि भाई वह मुकाबले तो बाहर ने। पर बठिंडा हलका अकाली दल नूं इस करके टेढ़ी खीर लगी जांदा क्योंकि अकाली दल दे कई लीडरां दा यह मनना है कि कांग्रेस पार्टी शहरी खेत्र दे विचों उपर जाऊ जी, अकाली दल पेंडू खेत्र चों उपर जाऊ। पर जदों दे पंजाब एकता पार्टी दे प्रधान सुखपाल सिंह खहरा दे बठिंडा दे विचों चोण लड़न दे चर्चे ने उन्हां नूं जिन्नियां भी वोटां मिलदियां गिणती चंगी होएगी वोटां दी इह च कोई दो राय नहीं,
पर जिन्या भी वोटा मिलदियां उहदे बारे सब दी साफ ते स्पष्ट राय है कि उहनां दियां इह वोटां शहरी खेत्र दी थां पेंडू खेत्र दियां वध होणगियां ते जे पेंडू खेत्र दियां वोटां वध होणगियां ते इहदा मतलब है कि उहनां नूं जिन्नियां वोटां मिलणियां उहनां दे विचों इक चोखा हिस्सा श्रोमणी अकाली दल बादल दियां वोटां दा होएगा ते जे सच्ची मुची सुखपाल सिंह खहिरा होरां ने बहुतियां वोटां बीबी हरसिमरत कौर बादल दियां तोड़न दा यतन कीता ਤਾਂ ਫਿਰ ਕਿਤੇ ਨਾ ਕਿਤੇ ਜਿੱਤ ਜਿਹੜੀ ਆ ਸੱਜੇ ਖੱਬੇ ਹੋਜੂ। ਹੁਣ ਜੇ ਫਿਰੋਜ਼ਪੁਰ ਵਾਲੀ ਸੀਟਾਂ ਨੂੰ ਜਾਂਦੇ ਆ, ਦੇਖੋ ਫਿਰੋਜ਼ਪੁਰ ਦੇ ਵਿੱਚ ਇੱਕ ਗੱਲ ਦਾ ਲਾਭ ਤਾਂ ਅਕਾਲੀ ਦਲ ਨੂੰ ਹੋਣਾ ਕਿ ਉੱਥੇ ਆਹਮੋ ਸਾਹਮਣੇ ਦੀ ਟੱਕਰ ਹੋਏਗੀ। ਉਮੀਦਵਾਰ ਅਕਾਲੀ ਦਲ ਦਾ ਜਿਹੜਾ ਮਰਜ਼ੀ ਹੋਵੇ ਪਰ ਉੱਥੇ ਕੋਈ ਤੀਸਰੀ ਧਿਰ ਇੰਨੀ ਮਜ਼ਬੂਤ ਨਹੀਂ ਹੋਣੀ ਕਿ ਉਹ ਜਿੱਤ ਤੇ ਹਾਰ ਦੇ ਵਿੱਚ ਕੋਈ ਫੈਸਲਾ ਕੌਣ ਭੂਮਿਕਾ ਨਿਭਾਵੇ। ਉੱਥੇ ਤਾਂ ਸਿੱਧਾ ਹੀ ਹੋਣਾ ਕਿ ਜਿਹੜੀ ਵੋਟ ਆਪਣੇ ਆਪ ਨੂੰ ਨਾ ਪਈ ਉਹ ਫਿਰ ਵਿਰੋਧੀ ਨੂੰ ਪੈਣੀ ਹੈ। ਜਿਹੜੀ ਕਾਂਗਰਸ ਵਿਰੋਧੀ ਵੋਟ ਅਕਾਲੀਆਂ ਨੂੰ ਪੈਜੂ, ਅਕਾਲੀ ਵਿਰੋਧੀ ਵੋਟ ਜਿਹੜੀ ਕਾਂਗਰਸ ਨੂੰ ਪੈਜੂ, ਉੱਥੇ ਤਿਕੋਣਾ ਮੁਕਾਬਲਾ ਹੋਣ ਕਰਕੇ ਅਨਿਸ਼ਚਿਤਤਾ ਵਾਲੀ ਸਥਿਤੀ ਜਿਹੜੀ ਆ ਥੋੜੀ ਘੱਟ ਹੋਏਗੀ। ਪਰ ਅਕਾਲੀ ਦਲ ਦੇ ਵਰਕਰਾਂ ਤੋਂ ਜਦੋਂ ਫੀਡਬੈਕ ਲਈ ਗਈ ਤੇ ਫੀਡਬੈਕ ਦੇ ਵਿੱਚ ਉਹ ਕਹਿੰਦੇ ਆ ਕਿ ਦੇਖੋ ਜੇ ਬੀਬੀ ਬਾਦਲ ਜਿਹੜੇ ਕਿ 5 ਸਾਲ ਕੈਬਨਿਟ ਮੰਤਰੀ ਰਹੇ ਨੇ ਕੇਂਦਰ ਦੀ ਸਰਕਾਰ ਚ, ਐਨ ਮੌਕੇ ਤੇ ਆ ਕੇ ਜੇ ਬੀਬੀ ਬਾਦਲ ਆਪਣਾ ਹਲਕਾ ਬਦਲਦੇ ਆ ਤਾਂ ਪੂਰੇ ਪੰਜਾਬ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਬਹੁਤ ਨਾ ਪੱਖੀ ਪ੍ਰਭਾਵ ਅਕਾਲੀ ਦਲ ਦੀ ਮੁਹਿੰਮ ਤੇ ਪਏਗਾ। ਕਿਉਂਕਿ ਵਿਰੋਧੀਆਂ ਨੇ ਤਾਂ ਮੋਟਾ ਪ੍ਰਚਾਰ ਕਰਨਾ ਕਿ ਬੀਬੀ ਬਾਦਲ ਹਾਰ ਦੇ ਡਰੋਂ ਹਲਕਾ ਛੱਡ ਕੇ ਭੱਜ ਗਏ। ਭਾਵੇਂ ਅਕਾਲੀ ਦਲ 20 ਵਾਰੀ ਕਹੇ ਕਿ ਕੋਰ ਕਮੇਟੀ ਦਾ ਫੈਸਲਾ ਸੀ, ਉੱਥੋਂ ਜੀ ਸ਼ੇਰ ਸਿੰਘ ਘੁਬਾਇਆ ਦੇ ਜਾਣ ਕਰਕੇ ਕੋਈ ਵੱਡਾ ਲੀਡਰ ਚਾਹੀਦਾ ਸੀ ਜਿਹੜਾ ਲੀਡਰ ਆਪਣੇ ਪੱਧਰ ਤੇ ਚੰਗਾ ਕੰਮ ਕਰਕੇ ਵਧੀਆ ਕੰਪੇਨ ਚਲਾ ਕੇ ਸੀਟ ਜਿਹੜੀ ਹੈ ਅਕਾਲੀ ਦਲ ਦੀ ਝੋਲੀ ਪਾ ਸਕੇ। ਪਰ ਨਹੀਂ, ਬਹੁਤੇ ਕਰਕੇ ਰੁਝਾਨ ਇਸੇ ਗੱਲ ਦਾ ਹੈ ਕਿ ਜੇ ਬੀਬੀ ਬਾਦਲ ਫਿਰੋਜ਼ਪੁਰ ਜਾਂਦੇ ਆ, ਬਠਿੰਡਿਓਂ ਚੋਣ ਨਹੀਂ ਲੜਦੇ ਤਾਂ ਉਹਦਾ ਜਿਹੜਾ ਅਕਾਲੀ ਦਲ ਨੂੰ ਸਾਰੇ ਪੰਜਾਬ ਦੇ ਵਿੱਚ ਲਾਹਾ ਹੋਣ ਦੀ ਥਾਂ ਨੁਕਸਾਨ ਜਿਹੜਾ ਉਹ ਵੱਧ ਹੋ ਸਕਦਾ। ਹੁਣ ਚਰਚਾਵਾਂ ਇੱਥੋਂ ਤੱਕ ਵੀ ਨੇ ਕਿ ਜੇ ਸੱਚੀ ਮੁੱਚੀ ਬੀਬੀ ਬਾਦਲ ਨੂੰ ਬਠਿੰਡੇ ਦੀ ਥਾਂ ਫਿਰੋਜ਼ਪੁਰ ਵਾਲੀ ਸੀਟ ਦੇ ਵੱਲ ਤੋਰਿਆ ਗਿਆ ਤਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਫਿਰ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਜਿਹੜੇ ਸੰਭਾਵੀ ਉਮੀਦਵਾਰ ਉਹ ਸਿਕੰਦਰ ਸਿੰਘ ਮਲੂਕਾ ਹੋ ਸਕਦੇ ਆ। ਤੇ ਜੇ ਸਿਕੰਦਰ ਸਿੰਘ ਮਲੂਕਾ ਨੂੰ ਬਠਿੰਡਿਓਂ ਚੋਣ ਲੜਨ ਦਾ ਮੌਕਾ ਮਿਲਦਾ ਤਾਂ ਫਿਰ ਉਹਨਾਂ ਦੇ ਮੁਕਾਬਲੇ ਕੌਣ ਹੋਏਗਾ? ਕਿਉਂਕਿ ਬ੍ਰਹਮ ਮਹਿੰਦਰਾ ਸਾਹਿਬ ਦਾ ਬੇਟਾ ਜਿਹੜਾ ਉਹ ਵੀ ਇੱਥੋਂ ਟਿਕਟ ਮੰਗਦਾ, ਹੋਰ ਵੀ ਕਈ ਬੰਦੇ ਨੇ ਜਿਹੜੇ ਕਹਿੰਦੇ ਕਿ ਬਠਿੰਡਿਓਂ ਟਿਕਟ ਦੇ ਦਿਓ, ਹਰਮਿੰਦਰ ਸਿੰਘ ਜੱਸੀ ਵੀ ਟਿਕਟ ਮੰਗਦਾ। ਵੇਖਦੇ ਹਾਂ ਕਿ ਹੁਣ ਟਿਕਟਾਂ ਮਸਲਾ ਕਿੱਧਰ ਨੂੰ ਜਾਂਦਾ। ਪਰ ਇਹ ਵੀ ਗੱਲ ਪੱਕੀ ਹੈ ਕਿ ਜੇ ਬਾਦਲ ਪਰਿਵਾਰ ਦੇ ਵਿੱਚੋਂ ਕਿਸੇ ਜੀ ਨੇ ਬਠਿੰਡਿਓਂ ਚੋਣ ਨਾ ਲੜੀ ਤਾਂ ਹੋ ਸਕਦਾ ਫਿਰ ਸੁਖਪਾਲ ਸਿੰਘ ਖਹਿਰਾ ਵੀ ਆਪਣਾ ਮਨ ਜਿਹੜਾ ਬਠਿੰਡਿਓਂ ਬਦਲ ਲੈਣ। ਹੋ ਸਕਦਾ ਕੋਈ ਵੀ ਨਾ ਚੋਣ ਲੜਨ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਬਠਿੰਡਿਓਂ ਜੇ ਬੀਬੀ ਬਾਦਲ ਤੋਂ ਜਾਂ ਮਨਪ੍ਰੀਤ ਬਾਦਲ ਤੋਂ ਹਾਰ ਜਾਂ ਇਹਨਾਂ ਦੋਵਾਂ ਦੇ ਮੁਕਾਬਲੇ ਚੰਗੀਆਂ ਵੋਟਾਂ ਲੈ ਕੇ ਹਾਰ ਜਾਂ, ਉਹ ਹਾਰ ਨਹੀਂ ਜਿੱਤ ਹੋਏਗੀ। ਪਰ ਜੇ ਇਹਨਾਂ ਦੀ ਥਾਂ ਕੋਈ ਦੂਸਰੀ ਕਤਾਰ ਦਾ ਲੀਡਰ ਆ ਕੇ ਉਮੀਦਵਾਰ ਬਣਦਾ ਤੇ ਫਿਰ ਉਹਦੇ ਨਾਲ ਮੁਕਾਬਲਾ ਕਰਕੇ ਵੀ ਪੰਜਾਬ ਏਕਤਾ ਪਾਰਟੀ ਦੇ ਜਿਹੜੇ ਕਾਗਜ਼ੀ ਪੱਤਰੀ ਨਹੀਂ ਪਰ ਸਮਾਜਿਕ ਪੱਧਰ ਦੇ ਉੱਤੇ ਜਿਹੜਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਉਹ ਵੀ ਇਸ ਵੇਲੇ ਦੁਚਿੱਤੀ ਜਿਹਾ ਚ ਪਏ ਆ। ਬਾਕੀ ਅਕਾਲੀ ਦਲ ਉਮੀਦ ਹੈ ਕਿ 3-4 ਦਿਨਾਂ ਦੇ ਵਿੱਚ ਇਹ ਫੈਸਲਾ ਕਰ ਲਊ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਹਲਕਾ ਕਿਹੜਾ ਹੋਏਗਾ। ਤੇ ਕਈ ਬੰਦੇ ਇਹ ਵੀ ਕਹਿੰਦੇ ਆ ਕਿ ਹਲਕਾ ਜੇ ਡਿਕਲੇਅਰ ਹੀ ਨਾ ਕਰੋ, ਇਹ ਨੇੜੇ ਜਾ ਕੇ ਡਿਕਲੇਅਰ ਕਰਿਓ, ਕੰਮ ਕਾਰ ਸਾਰੇ ਕਰ ਲਓ, ਵਧਾ ਦਿਓ ਅਗਲੇ ਪਾਸੇ ਨੂੰ ਫੌਜਾਂ। ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ 2-3 ਦਿਨ ਘਰੇ ਰਹਿ ਕੇ ਪਤਾ ਲੱਗਾ ਕਿ ਵਰਕਰਾਂ ਨਾਲ ਮੀਟਿੰਗਾਂ ਕਰਕੇ ਇਹੀ ਭਾਫ ਲਈ ਹੈ ਕਿ ਸਾਨੂੰ ਬਠਿੰਡਾ ਸੂਤ ਬੈਠੂ ਜਾਂ ਫਿਰੋਜ਼ਪੁਰ। ਤੇ ਜੇ ਕਿਸੇ ਸੱਜਣ ਨੇ ਟਰੱਕ ਲੈਣਾ ਤਾਂ ਵਨ ਸਟੋਪ ਲੈਂਡਿੰਗ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਅਮਰੀਕਾ ਤੇ ਕੈਨੇਡਾ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਪ੍ਰਬੰਧ ਕਰਕੇ ਦਿੰਦੇ ਟਰੱਕ ਦਾ, ਤੁਹਾਨੂੰ ਲੋਨ ਦਾ ਵੀ ਬੰਦੋਬਸਤ ਕਰ ਦਿੰਦੇ ਆ। ਸੋ ਵਨ ਸਟੋਪ ਲੈਂਡਿੰਗ ਦੇ ਨਾਲ ਸੰਪਰਕ ਕਰ ਸਕਦੇ ਹੋ। 2018 ਦੇ ਮਾਡਲ ਦੇ ਟਰੱਕ ਆ ਜਿਹੜੇ ਬੋਲਵੋ ਫਰੇਟ ਲਾਈਨਰ ਕਸਕੇਡੀਆ, ਇਹ ਵੀ ਇਹਨਾਂ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ। ਕੋਈ ਵੀ ਸੱਜਣ ਚਾਹੇ ਤਾਂ ਇਹ ਵੀ ਲੈ ਸਕਦਾ। ਲੋਨ ਕਹਿੰਦੇ ਆ ਸ਼ਾਮ ਤੱਕ ਹੀ ਕਰਵਾ ਦਿੰਦੇ, ਇੱਕ ਦਿਨ ਦੇ ਵਿੱਚ ਹੀ ਸਾਰਾ ਬੰਦੋਬਸਤ ਕਰਕੇ ਦੇ ਦਿੰਦੇ ਆ। ਟਰੱਕ, ਟ੍ਰੇਲਰ, ਡੰਪ ਟਰੱਕ, ਗ੍ਰੈਵਲ ਟਰੱਕ, ਬਿਲਕੁਲ ਨਵਾਂ ਜਾਂ ਫਿਰ ਪੁਰਾਣਾ, ਜਿਹੋ ਜਿਹਾ ਚਾਹੀਦਾ, ਜਿਹੋ ਜਿਹਾ ਬਜਟ ਆ ਤੁਹਾਡਾ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ। ਤੇ ਵਟਸਐਪ ਆਪਾਂ ਕਰੀਏ ਜੀ ਕੰਟੈਕਟ ਅਗਲੀ ਖਬਰ ਦੇ ਵੱਲ। ਦੁੱਲੋ ਦਾ ਬਿਆਨ ਕੀ ਕਹਿੰਦਾ ਜੀ? ਵਟਸਐਪ ਜੀ ਸੁਖਨੈਬ ਜੀ, ਸ਼ਮਸ਼ੇਰ ਸਿੰਘ ਦੁੱਲੋ ਸਾਹਿਬ ਜਿਹੜੇ ਨੇ ਉਹਨਾਂ ਦਾ ਬਿਆਨ ਇਹ ਕਹਿੰਦਾ ਕਿ ਜਿਹੜਾ ਕਿਹਾ ਜਾਂਦਾ ਕਿ ਪਹਿਲਾਂ ਤੋਲੋ ਤੇ ਫੇਰ ਬੋਲੋ, ਉਹ ਉਸ ਕਹਾਵਤ ਨੂੰ ਬਹੁਤੀ ਸਿਆਣੀ ਕਹਾਵਤ ਨਹੀਂ ਮੰਨਦੇ ਜੀ। ਹੁਣ ਇਸ ਵੇਲੇ
ਸ਼ਮਸ਼ੇਰ ਸਿੰਘ ਦੂਲੋ ਸਾਹਿਬ ਦਾ ਜਦੋਂ ਜ਼ਿਕਰ ਆਉਂਦਾ ਤਾਂ ਚੇਤਾ ਆਉਂਦਾ ਕਿ ਕਦੇ ਉਹ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਹੁੰਦੇ ਸੀ, ਕਦੇ ਪੰਜਾਬ ਦੇ ਵਿੱਚ ਉਹਨਾਂ ਦੀ ਚੰਗੀ ਥਾਂ ਹੁੰਦੀ ਸੀ। ਅੱਜ ਕੱਲ੍ਹ ਉਹ ਰਾਜ ਸਭਾ ਦੇ ਮੈਂਬਰ ਨੇ, ਪਰ ਰਾਜ ਸਭਾ ਦੇ ਮੈਂਬਰ ਹੀ ਹੈ, ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚ ਪੁੱਛ ਪ੍ਰਤੀਤ ਕੋਈ ਨਹੀਂ। ਨਾ ਉਹਨਾਂ ਨੂੰ ਕੋਈ ਇਹ ਪੁੱਛਦਾ ਕਿ ਤੁਸੀਂ ਲੋਕ ਸਭਾ ਦੀ ਚੋਣ ਤਾਂ ਨਹੀਂ ਲੜਨੀ, ਨਾ ਕੋਈ ਉਹਨਾਂ ਨੂੰ ਇਹ ਪੁੱਛਦਾ ਕਿ ਤੁਹਾਡੇ ਇਲਾਕੇ ਦੇ ਹਲਕੇ 'ਚ ਆਪਾਂ ਕਿਹੜੇ ਬੰਦੇ ਨੂੰ ਟਿਕਟ ਦੇ ਦਈਏ, ਕਿਹੜੇ ਨਾਂ ਦੀਏ। ਕੋਈ ਪੁੱਛ ਪ੍ਰਤੀਤ ਨਹੀਂ, ਕਿਸੇ ਕਮੇਟੀ 'ਚ ਨਹੀਂ, ਕੋਈ ਬਿਆਨ ਨਹੀਂ, ਕੋਈ ਕੰਮ ਨਹੀਂ। ਬਸ ਇੰਨਾ ਕਿ 3 ਕੁ ਮਹੀਨੇ ਇੱਕ ਵਾਰੀ ਖੰਨੇ ਆ ਕੇ ਉਹਨਾਂ ਨੇ ਕੋਈ ਕੋਈ ਬਿਆਨ ਦੇ ਜਾਣਾ ਹੁੰਦਾ, ਮਾੜੀ ਮੋਟੀ ਪ੍ਰੈਸ ਕਾਨਫਰੰਸ ਕਰ ਜਾਣੀ ਹੁੰਦੀ ਹੈ, ਜਿਹਦੇ ਨਾਲ ਕਿ ਰਸਮੀ ਤੌਰ ਦੇ ਉੱਤੇ ਹਾਜ਼ਰੀ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦੀ ਲੱਗਦੀ ਰਹਿੰਦੀ ਹੈ ਜੀ। ਜਦੋਂ ਵੀ ਆਉਂਦੇ ਆ, ਕਦੇ ਕਪਤਾਨ ਸਾਹਿਬ ਦੀ ਸਰਕਾਰ ਦੇ ਪਿੱਛੇ ਪੈ ਜਾਣਗੇ, ਕਦੇ ਕਾਂਗਰਸ ਪਾਰਟੀ ਦੀ ਮੌਜੂਦਾ ਜਿਹੜੀ ਕਮੇਟੀ ਹੈ ਉਹਦੇ ਪਿੱਛੇ ਪੈ ਜਾਣਗੇ ਕਿ ਬਾਈ ਇਹ ਚੰਗਾ ਕੰਮ ਨਹੀਂ ਕਰਦੇ, ਇਹ ਵਰਕਰਾਂ ਨੂੰ ਨਹੀਂ ਪੁੱਛਦੇ, ਇਹ ਲੋਕਾਂ ਨੂੰ ਨਹੀਂ ਪੁੱਛਦੇ। ਗਰਾਫ ਡਿੱਗ ਜਾਂਦਾ। ਐਤਕੀ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਮਸ਼ੇਰ ਸਿੰਘ ਦੂਲੋ ਨੇ ਪੱਤਰਕਾਰਾਂ ਨਾਲ ਗੱਲਾਂ ਕੀਤੀਆਂ। ਦੂਲੋ ਸਾਹਿਬ ਕਹਿੰਦੇ ਕੀ ਕਹਿੰਦੇ, ਦੇਖੋ ਸਮਾਂ ਬੜਾ ਬਦਲ ਗਿਆ, ਹੁਣ ਤਾਂ ਸਿਧਾਂਤ ਦੀ ਰਾਜਨੀਤੀ ਰਹੀ ਨਹੀਂ, ਸਾਡੇ ਵਰਗੇ ਬੰਦਿਆਂ ਦੀ ਇਸੇ ਕਰਕੇ ਸਿਆਸਤ ਦੇ ਵਿੱਚ ਬਹੁਤੀ ਪੁੱਛ ਪ੍ਰਤੀਤ ਨਹੀਂ ਹੁੰਦੀ, ਅਸੀਂ ਸਿਧਾਂਤ ਨਾਲ ਚੱਲਣਾ, ਹੁਣ ਵਾਲੇ ਬੰਦੇ ਜੁਗਾੜ ਨਾਲ ਚੱਲਦੇ ਆ। ਇੱਥੋਂ ਤੱਕ ਉਹਨਾਂ ਨੇ ਕਹਿਤਾ ਕਿ ਦੇਖੋ ਕਹਿੰਦੇ ਕੱਲ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਪਾਰਟੀ ਸ਼ਾਮਲ ਕਰ ਲਿਆ, ਕਿਸੇ ਨੇ ਕਹਿੰਦੇ ਵਰਕਰ ਨੂੰ ਨਹੀਂ ਪੁੱਛਿਆ ਹਲਕੇ ਦੇ ਨੂੰ ਕਿ ਸ਼ੇਰ ਸਿੰਘ ਘੁਬਾਇਆ ਤੁਹਾਡੇ ਹਲਕੇ 'ਚ ਆਉਣ ਲੱਗੇ ਆ, ਤੁਹਾਡੇ ਹਲਕੇ 'ਚ ਹੀ ਪਹਿਲਾਂ ਹੁੰਦੇ ਸੀ ਪਰ ਹੋਰ ਪਾਰਟੀ ਵੱਲੋਂ ਹੁੰਦੇ ਸੀ, ਤੁਹਾਡਾ ਇਸ ਮੁੱਦੇ ਦੇ ਉੱਤੇ ਨਜ਼ਰੀਆ ਕੀ ਹੈ, ਤੁਹਾਡਾ ਇਸ ਮੁੱਦੇ ਦੇ ਉੱਤੇ ਰੁੱਖ ਕੀ ਹੈ, ਤੁਸੀਂ ਦੱਸੋ। ਜੇ ਤਾਂ ਕਹਿੰਦੇ ਵਰਕਰ ਚਾਹੁੰਦੇ ਹੁੰਦੇ ਕਿ ਭਾਈ ਇੱਦਾਂ ਕੰਮ ਕਰ ਲਓ ਤਾਂ ਠੀਕ ਹੈ, ਫਿਰ ਸ਼ੇਰ ਸਿੰਘ ਘੁਬਾਇਆ ਨੂੰ ਤੁਸੀਂ ਲੈ ਵੀ ਲਓ, ਪਰ ਜੇ ਬਿਨਾਂ ਵਰਕਰਾਂ ਦੇ ਪੁੱਛੇ ਦੱਸੇ ਤੋਂ ਇੱਦਾਂ ਦਾ ਕੰਮ ਕਰਨ ਆਪਣਾ, ਫਿਰ ਕਹਿੰਦੇ ਥੋੜਾ ਜਿਹਾ ਔਖਾ ਲੱਗੂ। ਇਹ ਸਿੱਧੇ ਤੌਰ ਦੇ ਉੱਤੇ ਦੇਖੋ ਸ਼ੇਰ ਸਿੰਘ ਘੁਬਾਇਆ ਰਾਹੁਲ ਗਾਂਧੀ ਰਾਹੀਂ ਹੋ ਕੇ ਆਏ ਆ, ਕਪਤਾਨ ਸਾਹਿਬ ਨੂੰ ਨਹੀਂ ਮਿਲੇ ਅਜੇ, ਕਪਤਾਨ ਸਾਹਿਬ ਨੇ ਕੋਈ ਇੱਦਾਂ ਦਾ ਬਿਆਨ ਨਹੀਂ ਦਿੱਤਾ, ਨਾ ਕਪਤਾਨ ਸਾਹਿਬ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ। ਸ਼ੇਰ ਸਿੰਘ ਘੁਬਾਇਆ ਦੀ ਸਿੱਧੀ ਐਂਟਰੀ ਰਾਹੁਲ ਗਾਂਧੀ ਵੱਲੋਂ ਹੋਈ ਹੈ, ਤੇ ਉਸ ਐਂਟਰੀ ਦੇ ਉੱਤੇ ਵੀ ਸ਼ਮਸ਼ੇਰ ਸਿੰਘ ਦੂਲੋ ਸਾਹਿਬ ਨੇ ਜਿਸ ਤਰੀਕੇ ਸਵਾਲ ਖੜੇ ਕੀਤੇ ਹੈ ਉਹ ਗੱਲ ਕਾਫੀ ਜ਼ਿਆਦਾ ਹੈਰਾਨੀਜਨਕ ਹੈ। ਵੈਸੇ ਦੂਲੋ ਸਾਹਿਬ ਕੋਈ ਗੱਲ ਨਹੀਂ, ਘਬਰਾਉਣ ਵਾਲੀ ਗੱਲ ਕੋਈ ਨਹੀਂ, ਜਿਹੜੇ ਪੰਜਾਬ ਕਾਂਗਰਸ ਭਵਨ ਦੇ ਵਿੱਚ ਤੁਸੀਂ ਬੁੱਤ ਆਪ ਪ੍ਰਧਾਨ ਹੁੰਦਿਆਂ ਲੱਖਾਂ ਰੁਪਈਆਂ ਦੇ ਲਵਾਏ ਸੀ, ਇਹ ਵੀ ਕਿਹਾ ਸੀ ਕਿ ਪਾਈ ਦੇ ਪੈਸੇ ਤਾਂ ਅਸੀਂ ਰੁਪਈਆ ਚੰਦੇ ਦੇ ਰੂਪ ਚ ਕਾਂਗਰਸ ਪਾਰਟੀ ਦੇ ਵਰਕਰਾਂ ਤੋਂ ਇਕੱਠਾ ਕਰਕੇ ਲਾਇਆ, ਹੁਣ ਉਹਨਾਂ ਬੁੱਤਾਂ ਦੇ ਮੁੱਦੇ ਤੇ ਲੜ ਪੈਂਦੇ ਇਹ। ਹੁਣ ਬੁੱਤਾਂ ਨੂੰ ਇੱਕ ਵਾਰੀ ਚੱਕ ਕੇ ਮੋਹਰਲੇ ਲਾਉਣ ਦੇ ਵਿੱਚੋਂ ਬਿਲਡਿੰਗ ਦੇ ਪਿਛਲੇ ਪਾਸੇ ਜਿਹੜਾ ਲਾਉਣਾ ਹੈ ਉੱਥੇ ਰੱਖਣ ਦਾ ਕੋਸ਼ਿਸ਼ ਕੀਤੀ ਗਈ, ਇਹ ਕਹਿੰਦੇ ਸੀ ਮੈਂ ਤਾਂ ਧਰਨਾ ਦਊ, ਮੈਂ ਤਾਂ ਹਾਈਕਮਾਂਡ ਨੂੰ ਜਾ ਕੇ ਦੱਸੂ, ਮੈਂ ਤਾਂ ਕੇਸ ਕਰ ਦੂ ਕਿ ਉਹ ਬੁੱਤ ਜਿਹੜੇ ਆ ਮੋਹਰੇ ਰਹਿਣੇ ਚਾਹੀਦੇ ਆ। ਸੋ ਇਦਾਂ ਦੀਆਂ ਗੱਲਾਂ ਦੇ ਉੱਤੇ ਕਿਤੇ ਨਾ ਕਿਤੇ ਪੰਗਾ ਪਾ ਕੇ ਸ਼ਮਸ਼ੇਰ ਸਿੰਘ ਦੂਲੋ ਬਹਿ ਜਾਂਦੇ ਆ, ਪਰ ਹੁਣ ਗੱਲ ਉਹ ਸਿਧਾਂਤਾਂ ਦੀ ਕਰਦੇ ਆ, ਕਦੇ ਕਿਸੇ ਚੀਜ਼ ਦੀ ਕਰਦੇ ਆ, ਪਰ ਲੋਕਾਂ ਨੂੰ ਚੇਤਾ ਥੋੜੀ ਭੁੱਲਿਆ ਹੋਣਾ ਜਦੋਂ ਐਨ ਆਖਰੀ ਮੌਕੇ ਤੇ ਆ ਕੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਧਰਮ ਪਤਨੀ ਦੀ ਥਾਂ ਟਿਕਟ ਆਪ ਇਸ ਆਸ ਦੇ ਉੱਤੇ ਲੈ ਲਈ ਸੀ ਕਿ ਸ਼ਾਇਦ ਜਿੱਤ ਜਾ, ਸ਼ਾਇਦ ਕਾਂਗਰਸ ਵੀ ਜਿੱਤ ਜਾ, ਸ਼ਾਇਦ ਮੁੱਖ ਮੰਤਰੀ ਬਣਨ ਦਾ ਦਾਅ ਹੀ ਲੱਗ ਜਾ ਜੀ। ਤੇ ਗਿਆਨੀ ਇਕਬਾਲ ਸਿੰਘ ਹੋਰ ਹਨੇਰੀਆਂ ਲਈ ਜਾਂਦੇ ਆ ਜੀ, ਹੁਣ ਕਿਹੜਾ ਮਾਰਖਾ ਮਾਰਤਾ? ਸੁਖਨੈਬ ਜੀ, ਇੰਨੀਆਂ ਹਨੇਰੀਆਂ ਤਾਂ ਕਦੇ ਕਿਸੇ ਨੇ ਨਹੀਂ ਲਿਆਂਦੀਆਂ ਜਿੰਨੀਆਂ ਗਿਆਨੀ ਇਕਬਾਲ ਸਿੰਘ ਨੇ ਲਿਆਂਦੀਆਂ। ਹੁਣ ਤਾਂ ਕਮਾਲ ਹੀ ਕਰ ਦਿੱਤੀ, ਫਟੇ ਹੀ ਚੱਕ ਦਿੱਤੇ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕੀ ਹੋ ਜਾਣਾ। ਅੱਜ ਇੱਕ ਪ੍ਰੈਸ ਨੋਟ ਉਹਨਾਂ ਨੇ ਲਿਖਿਆ, ਪ੍ਰੈਸ ਨੂੰ ਦਿੱਤਾ, ਦੂਸਰਾ ਪ੍ਰੈਸ ਨੋਟ ਦੇ ਨਾਲ ਨਾਲ ਉਹਨਾਂ ਨੇ ਪੰਜਾਬ ਤੇ ਬਿਹਾਰ ਦੀਆਂ ਸਰਕਾਰਾਂ ਨੂੰ ਇੱਕ ਚਿੱਠੀ ਲਿਖੀ ਹੈ, ਇੱਕ ਬੇਨਤੀ ਪੱਤਰ ਭੇਜਿਆ। ਪਹਿਲਾਂ ਆਪਾਂ ਬੇਨਤੀ ਪੱਤਰ ਦੀ ਗੱਲ ਕਰ ਲੈਂਦੇ ਹਾਂ। ਉਹ ਬੇਨਤੀ ਪੱਤਰ ਦੇ ਵਿੱਚ ਕਹਿੰਦੇ ਆ ਕਿ ਮੇਰੀ ਜਾਨ ਨੂੰ ਖਤਰਾ, ਇਸ ਕਰਕੇ ਬਿਹਾਰ ਦੀ ਸਰਕਾਰ ਵੀ ਸੁਰੱਖਿਆ ਦੇਵੇ ਤੇ ਸੁਰੱਖਿਆ ਪੰਜਾਬ ਦੀ ਸਰਕਾਰ ਵੀ ਦੇਵੇ ਜਦੋਂ ਕਦੇ ਮੈਂ ਪੰਜਾਬ ਨੂੰ ਆਉਣਾ। ਨਹੀਂ ਤਾਂ ਉਹ ਕਹਿੰਦੇ ਕਿ ਧਮਕੀਆਂ ਜਿੱਦਾਂ ਦੀਆਂ ਮੈਨੂੰ ਮਿਲ ਰਹੀਆਂ ਕਿ ਮੈਨੂੰ ਤੇ ਮੇਰੇ ਪਰਿਵਾਰ ਦੇ ਜੀਆਂ ਨੂੰ ਕਹਿੰਦੇ ਖਤਮ ਕਰ ਦੇਣਾ। ਦੋਸ਼ ਕਿਹਦੇ ਤੇ ਲਾਇਆ? ਦੋਸ਼ ਲਾਇਆ ਅਕਾਲੀ ਦਲ ਦੇ ਲੀਡਰ ਤੇ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਤੇ। ਦੋਸ਼ ਕਿਹਦੇ ਤੇ ਲਾਇਆ? ਦੋਸ਼ ਲਾਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਿ ਭਾਈ ਇਹ ਬੰਦੇ ਜਿਹੜੇ ਹੈ ਇਹ ਮੈਨੂੰ ਜਾਨੋਂ ਮਰਾਉਣ ਨੂੰ ਫਿਰਦੇ ਆ, ਸੁਰੱਖਿਆ ਦਿਓ। ਇਹ ਪ੍ਰਸ਼ਾਸਨ ਨੇ, ਸਰਕਾਰਾਂ ਨੇ, ਸੰਬੰਧਿਤ ਮਹਿਕਮਿਆਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਸੁਰੱਖਿਆ ਦੇਣੀ ਹੈ ਕਿ ਨਹੀਂ ਦੇਣੀ। ਹਾਂ, ਇੰਨੀ ਗੱਲ ਬਿਲਕੁਲ ਪੱਥਰ ਤੇ ਲਕੀਰ ਅਰਗੀ ਹੈ ਕਿ ਜੋ ਕੁਝ ਗਿਆਨੀ ਇਕਬਾਲ ਸਿੰਘ ਨੇ ਪਿਛਲੇ 3 ਦਿਨਾਂ ਦੇ ਵਿੱਚ ਕਹਿ ਦਿੱਤਾ ਉਹਨਾਂ 3 ਦਿਨਾਂ ਨੇ ਹੁਣ ਪੋਲ ਖੋਲ ਕੇ ਰੱਖ ਦੇਣੀ ਹੈ। ਉਹ ਕਹਿੰਦੇ ਕਿ ਦੇਖੋ ਸੰਗਤ ਚਾਹੁੰਦੀ ਹੈ ਮੈਂ ਜਥੇਦਾਰ ਬਣਿਆ ਰਹਾਂ। ਅੱਜ ਜਿਹੜਾ ਲੈਟਰ ਹੈਡ ਉਹਨਾਂ ਨੇ ਪ੍ਰੈਸ ਨੋਟ ਲਈ ਵਰਤਿਆ,
उस लैटर हेड से भी लिखा कि जथेदार तख्त श्री पटना साहब ज्ञानी इकबाल सिंह जी। हुण तख्त दे तीन जथेदार ने, एक जथेदार ज्ञानी इकबाल सिंह हो गया, दूजा अवतार सिंह हित दे धड़े ने बनाता जथेदार जिंदर सिंह, तीसरा पटना साहब की प्रबंधकी कमेटी के जनरल सकत्तर महेंद्र सिंह ने बनाता ज्ञानी बलदेव सिंह जथेदार। सुरजिंदर सिंह, बलदेव सिंह ते इकबाल सिंह इस वेले तख्त श्री पटना साहब के तीन तीन जथेदार ने। संगत नूं नहीं पता लगता किधर नूं जाके सल्यूट मारीए ते किधर नूं झुके आपां जिहड़ा उह फतेह बुला दईए। हुण ज्ञानी इकबाल सिंह होरी कहिंदे की, उह कहिंदे मेरे खिलाफ कुछ सियासी ते कुछ धार्मिक लोकां ने घड़ी आ साजिश, बंदा मैं बहुत वधिया। दूसरा वह कहिंदे कि मेरे खिलाफ तो श्री अकाल तख्त साहब के कार्यकारी जथेदार ज्ञानी हरप्रीत सिंह ने कमेटी बनाती, बंदे भेजते पटना साहब, पर कहिंदे कि मैं मंग करदा अज कि सबका जथेदार ज्ञानी गुरमुख सिंह, सबका जथेदार ज्ञानी गुरबचन सिंह, जे ज्ञानी हरप्रीत सिंह सही जथेदार है, इन्हां दोवां पुराने जथेदारां नूं सद्दण दी हिम्मत करे कि अकाल तख्त साहब से बुलाउणे आ, हिम्मत करे कि इन्हां दे खिलाफ कोई कमेटी बननी है, हिम्मत करे तां सही माड़ी मोटी। ते मैं फिर अगे दसदा उन्होंने इथों तक कहा कि जे इन्हां दोवां बंदिआं नूं श्री अकाल तख्त साहब दे उत्ते नहीं सत्या जांदा, उन्हां तों कुछ सवालों के जवाब नहीं लई जांदे, तां इहदा मतलब है कि कार्यकारी जथेदार श्री अकाल तख्त साहब ज्ञानी हरप्रीत सिंह होरी जिहड़े आ उह केवल ते केवल डंग टपाउंदे आ, किसी के कहण दे उत्ते कदम चुकदे आ, पर जे कहिंदे उन्होंने इन्हां दोवां बंदिआं नूं सद लिया तां फिर इहदा मतलब है कि किते ना किते सही जथेदार की मर्यादा उन्हां नूं पता है। चलो अज होया कि होया ए, ज्ञानी इकबाल सिंह कहिंदे कि पता लावे SIT बेअदबी मामलों तों बाद गोलीकांड वापरिया, वह गोलीकांड जिहड़ा वापरिया उस मुद्दे दे उत्ते भी उन्होंने कहा कि SIT पता लावे कि जड़ कित्थे खड़ी है। राम रहीम नूं कहिंदे सजा माफ कराउण च गुरमुख सिंह ते ज्ञानी गुरबचन सिंह का भी हथ है, कुछ लीडरां का भी हथ है, इन्हां तों कहिंदे पुछगिछ की जाए। दूसरा वह कहिंदे कि चिट्ठी राम रहीम की कौन लैके आया, चिट्ठी दे विच फेरबदल किने कीता, ते नाल दी नाल चिट्ठी च फेरबदल करन लग्या किहड़े कंप्यूटर किहड़े प्रिंटर की वरतों की गई, किहदे कहण ते फेरबदल कीता, किहड़ा किहड़ा जथेदार चंडीगढ़ की एक कोठी दे विच सियासी लीडरां नूं मिलिया, उन्हां लीडरां ने की दिता की कहा ते उहदी पालना फैसले की कदों हुई, उह कहिंदे हर एक चीज़ का जवाब चाहीदा। नाल इक उन्होंने शब्द वरत्या, उह कहिंदे जे मेरे खिलाफ जांच जून च जारी रखी ना मैं मंत्री तो लैके संतरी तक सारे नंगे कर दू। हुण ज्ञानी इकबाल सिंह होरां ने कहता कि मैं मंत्री तो संतरी तक सारे नंगे कर दू, ठीक है, पर इहदा मतलब है कि थोनू पता है कि किहदी खिद्दू च किन्नियां कलीरां, ते जे श्री गुरु ग्रंथ साहिब जी की बेअदबी दे नाल कोई मसला जुड़दा है, तुसीं जथेदार रहे हो ते जे उदों तुसीं संगत दे नाल ओह मसला सांझा करन दी थां अपने कच्च दे विच दे के रख लिया, ਇਹ ਗੱਲ ਜਿਹੜੀ ਬਹੁਤ ਮਾੜੀ ਆ। ਇਹ ਇੱਕ ਜਥੇਦਾਰ ਦੀ ਗੱਲ ਨਹੀਂ, ਇੱਕ ਸਧਾਰਨ ਬੰਦਾ ਤਾਂ ਹੋ ਸਕਦਾ ਕਿਸੇ ਪ੍ਰਭਾਵ ਚ ਆ ਜਾਏ। ਤੇ ਜਦੋਂ ਗਿਆਨੀ ਇਕਬਾਲ ਸਿੰਘ ਨੂੰ ਪੁੱਛਿਆ ਗਿਆ ਕਿ ਹੁਣ ਤੁਸੀਂ ਕਹਿੰਦੇ ਹੋ ਕਿ ਮੰਤਰੀਆਂ ਸੰਤਰੀਆਂ ਦੀਆਂ ਪੋਲਾਂ ਖੋਲ ਕੇ ਰੱਖ ਦੂ, ਅੱਜ ਦੱਸੋ ਕਿ ਹੁਣ ਤੱਕ ਤੁਸੀਂ ਚੁੱਪ ਕਿਉਂ ਰਹੇ, ਉਹ ਕਹਿੰਦੇ ਜੀ ਮੈਨੂੰ ਹਰ ਵਾਰੀ ਜਦੋਂ ਮੈਂ ਅਕਾਲ ਤਖ਼ਤ ਸਾਹਿਬ ਤੇ ਮੀਟਿੰਗ ਹੋਣੀ ਮੈਂ ਜਾ ਕੇ ਇਹੀ ਰੋਣਾ ਕਿ ਭਾਈ ਆਪਾਂ ਸੰਗਤ ਨੂੰ ਦੱਸੀਏ ਇਹ ਬਹੁਤ ਮਾੜਾ ਕੰਮ ਹੋ ਰਿਹਾ, ਪਰ ਉਹ ਕਹਿੰਦੇ ਹਰ ਵਾਰੀ ਮੈਨੂੰ ਨਾ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਾਸਤਾ ਭਾਈ ਤੂੰ ਚੁੱਪ ਕਰ ਜੀ। ਹੁਣ ਉਹਨਾਂ ਨੇ ਇਹ ਵੀ ਕਹਿਤਾ ਕਹਿੰਦੇ ਮੈਂ SIT ਕੋ ਵੀ ਜਾਊਂਗਾ, ਮੈਂ ਪੇਸ਼ ਆਊਂਗਾ, ਮੈਂ ਉੱਥੇ ਜਾ ਕੇ ਸਾਰੀਆਂ ਚੀਜ਼ਾਂ ਦੱਸੂ ਕਿ ਉਸ ਵੇਲੇ ਦਾ ਮੁੱਖ ਮੰਤਰੀ ਕੀ ਕਰਦਾ ਸੀ, ਉਸ ਵੇਲੇ ਦਾ ਫਲਾਨਾ ਅਧਿਕਾਰੀ ਕੀ ਕਰਦਾ ਸੀ, ਕਿਹਦਾ ਇਹਦੇ ਵਿੱਚ ਕਿੰਨਾ ਕੁ ਯੋਗਦਾਨ ਹੈ ਤੇ ਕਿੰਨਾ ਕੁ ਨਹੀਂ, ਤੇ ਜੇ ਸੱਚੀ ਮੁੱਚੀ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਮੌਜੂਦਾ ਕਹਿ ਲਓ ਸਾਬਕਾ ਕਹਿ ਲਓ ਜਥੇਦਾਰ ਉਹ ਸਿੱਧੇ ਰੂਪ ਦੇ ਵਿੱਚ SIT ਕੋਲ ਆਉਣ ਨੂੰ ਫਿਰਦਾ ਹੈ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੁਝ ਹੋਰ ਤੰਦਾਂ ਜਿਹੜੀਆਂ ਢਿੱਲੀਆਂ ਹੋ ਜਾਣਗੀਆਂ, ਕੁਝ ਹੋਰ ਪੋਲਾਂ ਜਿਹੜੀਆਂ ਖੁੱਲ ਜਾਣਗੀਆਂ, ਤੇ ਜੇ ਸੱਚੀ ਮੁੱਚੀ ਪੋਲਾਂ ਖੁੱਲੀਆਂ ਤਾਂ ਸੰਗਤ ਦੇ ਸਾਹਮਣੇ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਵਿੱਚ ਹੀ ਬੇਸ਼ਕੀਮਤੀ ਜਾਣਕਾਰੀਆਂ ਹੋਣ ਜਿਹਦੇ ਤੋਂ ਵਾਧੀ ਉਹਨਾਂ ਨੇ ਕਦੇ ਉਮੀਦ ਵੀ ਨਹੀਂ ਕੀਤੀ ਹੋਣੀ ਜੀ। ਤੇ ਬੇਰੁਜ਼ਗਾਰੀ ਬਣ ਸਕਦੀ ਹੈ ਕੇਂਦਰ ਸਰਕਾਰ ਦੇ ਵਾਸਤੇ ਚਿੰਤਾ। ਸੁਖਰੈਬ ਜੀ ਉਮੀਦ ਹੈ ਕਿ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ ਜੀ। ਕੋਡ ਆਫ ਕੰਡਕਟ ਜਦੋਂ ਲੱਗ ਗਿਆ ਤਾਂ ਸਿਆਸੀ ਪਾਰਟੀਆਂ ਨੇ ਠੋਕ ਵਜਾ ਕੇ ਫਿਰ ਪ੍ਰਚਾਰ ਕਰਨਾ। ਪ੍ਰਧਾਨ ਮੰਤਰੀ ਸਾਹਿਬ ਤੇ ਉਹਨਾਂ ਦੇ ਸਾਥੀ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਪ੍ਰਚਾਰ ਕਰਦੇ ਆ ਤੇ ਹਰ ਥਾਂ ਇਹ ਕਹਿੰਦੇ ਆ ਜਾ ਕੇ ਕਿ ਕੰਮ ਬਹੁਤ ਵਧੀਆ ਕੀਤਾ, ਲੋਕਾਂ ਦਾ ਜੀਵਨ ਸੁਖਾਲਾ ਹੋ ਗਿਆ,
ਇਸ ਕਰਕੇ ਵੋਟਾਂ ਤਾਂ ਭਾਈ ਹੱਕ ਸਾਡਾ ਬਣਦਾ ਕਿ ਤੁਹਾਡੇ ਤੋਂ ਕਹਿ ਕੇ ਲਈ ਹੈ ਕਿ ਵੋਟਾਂ ਸਾਨੂੰ ਪਾਇਓ। ਪਰ ਦੂਸਰੇ ਪਾਸੇ ਡਿਵੈਲਪਮੈਂਟ ਦੀ ਗੱਲ ਦੇ ਬਿਲਕੁਲ ਉਲਟ ਬੇਰੁਜ਼ਗਾਰੀ ਦਾ ਪੱਖ ਦੇਖੀਏ ਤਾਂ ਮੋਦੀ ਸਰਕਾਰ ਨੂੰ ਕਿਤੇ ਨਾ ਕਿਤੇ ਝਟਕਾ ਲੱਗੂ। ਹੁਣ ਇਸ ਵੇਲੇ ਕਿਹਾ ਜਾ ਰਿਹਾ ਕਿ 2016 ਤੋਂ ਬਾਅਦ ਹੁਣ ਤੱਕ ਦਾ ਬੇਰੁਜ਼ਗਾਰੀ ਦਾ ਪੱਧਰ ਜਿਹੜਾ ਸਭ ਤੋਂ ਵੱਧ ਰਿਕਾਰਡ ਦੇ ਉੱਤੇ ਹੈ। CMIE ਨੇ ਰਿਪੋਰਟ ਦਿੱਤੀ ਹੈ। ਇਹ CMIE ਕੀ ਹੈ? ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਾਨਮੀ, ਜਾਣੀ ਕਿ ਭਾਰਤ ਦੀ ਅਰਥ ਵਿਵਸਥਾ ਨੂੰ ਨੀਝ ਲਾ ਕੇ ਦੇਖਣ ਵਾਲੀ ਹੈ ਜਿਹੜੀ ਸੰਸਥਾ ਹੈ। ਉਹਨਾਂ ਨੇ ਕਿਹਾ ਕਿ ਬੇਰੁਜ਼ਗਾਰੀ ਦੀ ਦਰ, ਜਾਣੀ ਕਿ ਕੁੱਲ ਲੋਕਾਂ ਦੇ ਵਿੱਚੋਂ ਕਿੰਨੇ ਲੋਕਾਂ ਦੇ ਕੋਲ ਕੋਈ ਕੰਮ ਨਹੀਂ, ਉਹ 2016 ਤੋਂ ਬਾਅਦ ਕਹਿੰਦੇ ਰਿਕਾਰਡ ਤੇ ਪਹੁੰਚ ਗਈ। ਪਹਿਲਾਂ ਸਸਤੀ ਖੇਤੀਬਾੜੀ ਪੈਦਾਵਾਰ ਤੇ ਨੌਕਰੀਆਂ ਚ ਘੱਟ ਵਾਧਾ ਸੀ। ਮੋਦੀ ਸਾਹਿਬ ਦੀ ਸਰਕਾਰ ਇਸ ਮੁੱਦੇ ਦੇ ਉੱਤੇ ਵੀ ਕਿਤੇ ਨਾ ਕਿਤੇ ਥੋੜੀ ਥੋੜੀ ਛਿੱਥੀ ਜੀ ਹੁੰਦੀ ਪ੍ਰਤੀਤ ਹੋਈ, ਕਿਉਂਕਿ ਫਰਵਰੀ 2019 ਚ ਬੇਰੁਜ਼ਗਾਰੀ ਦੀ ਦਰ ਜਿਹੜੀ ਹੈ ਪਿਛਲੇ ਮਹੀਨੇ 7.2% ਪਹੁੰਚ ਗਈ, ਜਿਹੜੀ ਕਿ ਬਹੁਤ ਜ਼ਿਆਦਾ ਇਹ ਹੁਣ ਤੱਕ ਦਾ ਰਿਕਾਰਡ ਪੱਧਰ ਹੈ, ਕਿਉਂਕਿ ਫਰਵਰੀ 18 ਚ ਇਹ 6% ਤੋਂ ਘੱਟ ਸੀ। ਤੇ ਨਾਲ ਦੀ ਨਾਲ ਹੁਣ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ CMIE ਨੇ ਇਹ ਸਾਰੇ ਦਾ ਸਾਰਾ ਜਿਹੜਾ ਅੰਕੜਾ, ਇਹ ਸਾਰੇ ਦਾ ਸਾਰਾ ਜਿਹੜਾ ਡਾਟਾ ਉਹ ਰਾਈਟਰ ਤੋਂ ਲਿਆ। ਉਹਨਾਂ ਨੇ ਸਰਵੇਖਣ ਆਪਣੇ ਢੰਗ ਦੇ ਨਾਲ ਕੀਤਾ ਸੀ ਤੇ ਸਰਵੇਖਣ ਚ ਦੇਸ਼ ਦੇ ਲੱਖਾਂ ਲੋਕਾਂ ਦੇ ਨਾਲ ਜਿਹੜਾ ਉਹ ਸੰਪਰਕ ਕੀਤਾ ਗਿਆ। ਤੇ ਹੁਣ ਦੇਖਦੇ ਹਾਂ ਕਿ ਜਦੋਂ ਹੁਣ ਤੱਕ ਦੀ ਪਿਛਲੇ 3 ਵਰ੍ਹਿਆਂ ਦੀ ਬੇਰੁਜ਼ਗਾਰੀ ਦੀ ਦਰ ਸਭ ਤੋਂ ਉੱਪਰ ਹੈ, ਵਿਰੋਧੀ ਧਿਰਾਂ ਨੇ ਤਾਂ ਇਸ ਮਸਲੇ ਨੂੰ ਛੱਜ ਚ ਪਾ ਕੇ ਛੱਡਣਾ, ਜਾ ਕੇ ਕਹਿਣਾ ਕਿ ਭਾਈ ਕੇਂਦਰ ਸਰਕਾਰ ਵਾਲਿਓ ਦਿਓ ਜਵਾਬ, ਇਸ ਮੁੱਦੇ ਤੇ ਜਵਾਬ ਕੀ ਹੈ? ਕਿਉਂਕਿ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਸੀ ਕਿ ਸਾਲ ਦੀਆਂ 2-2 ਕਰੋੜ ਨੌਕਰੀਆਂ ਦੇਣੀਆਂ, ਤੇ ਜੇ 2 ਕਰੋੜ ਨੌਕਰੀਆਂ ਦਿੱਤੀਆਂ ਤਾਂ ਬੇਰੁਜ਼ਗਾਰ ਕਿਹੜੇ ਹੈ ਜਿਹੜੇ ਗਤੀ ਵਧਾਈ ਜਾਂਦੇ ਆ ਜੀ। ਮਰ ਸਾਹਿਬ, ਪ੍ਰਿਯੰਕਾ ਗਾਂਧੀ ਦੀ ਚੁੱਪ ਕਾਹਤੋਂ ਹੈ? ਸੁਖਨਾਮ ਜੀ, ਦੇਖੋ ਇੱਕ ਪਾਸੇ ਤਾਂ ਉਹ ਵੇਲਾ ਸੀ ਜਦੋਂ ਵਿਦੇਸ਼ ਦੇ ਵਿੱਚ ਬੈਠੀ ਪ੍ਰਿਯੰਕਾ ਗਾਂਧੀ ਨੂੰ ਕੁਝ ਹਫ਼ਤੇ ਪਹਿਲਾਂ ਨਾ ਕੇਵਲ ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਬਣਾਤਾ, ਬਲਕਿ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਦੇ ਲਈ ਉੱਤਰ ਪ੍ਰਦੇਸ਼ ਦੇ ਇੱਕ ਹਿੱਸੇ ਦਾ ਉਸ ਬੀਬੀ ਨੂੰ ਇੰਚਾਰਜ ਵੀ ਬਣਾਤਾ ਕਿ ਇਸ ਹਿੱਸੇ 'ਚ ਜਿੰਨੀਆਂ ਵੀ ਲੋਕ ਸਭਾ ਦੀਆਂ ਸੀਟਾਂ ਨੇ ਉਹ ਤੁਸੀਂ ਸਾਂਭਣੀਆਂ, ਤੁਹਾਡਾ ਹੀ ਕੰਮ ਹੈ, ਬਾਕੀ ਬੰਦੇ ਜਿਹੜੇ ਹੋਰ ਪਾਸੇ ਡਿਊਟੀ ਲਾ ਦਿੰਦੇ ਆ। ਬੀਬੀ ਪ੍ਰਿਯੰਕਾ ਗਾਂਧੀ ਉਹ ਉੱਤਰ ਪ੍ਰਦੇਸ਼ ਪੁੱਜੇ, ਨਿਯੁਕਤੀ ਪੱਤਰ ਲੈਣ ਤੋਂ ਬਾਅਦ ਰੋਡ ਸ਼ੋਅ ਕੀਤਾ, ਲੋਕ ਨਿੱਠ ਕੇ ਵੇਖਣ ਆਏ। ਉਹਦੇ ਤੋਂ ਬਾਅਦ 3 ਦਿਨ ਉਹ ਯੂਪੀ ਚ ਰਹੇ, ਸਵੇਰੇ 7 ਵਜੇ ਤੋਂ ਲੈ ਕੇ ਰਾਤ 11-11 ਵਜੇ ਤੱਕ ਪਾਰਟੀ ਦੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ, ਉਹਨਾਂ ਦੀਆਂ ਲੋੜਾਂ ਪੁੱਛੀਆਂ, ਸਭ ਕੁਝ ਪੁੱਛਿਆ। ਇਹਦੇ ਨਾਲ ਨਾਲ ਹੁਣ ਇਹ ਵੀ ਆਪਣੇ ਆਪ ਚ ਮਹੱਤਵਪੂਰਨ ਹੈ ਕਿ ਇਹਦੇ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ, ਕੁਝ ਰੋਡ ਸ਼ੋਅ ਕਰਨੇ ਸੀ, ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਬੂਸਟ ਕਰਨਾ ਸੀ, ਪਰ ਪ੍ਰੈਸ ਕਾਨਫਰੰਸ ਬਿਨਾਂ ਹੋ ਸਕੀ ਤੇ ਉਹਦੇ ਤੋਂ ਬਾਅਦ ਬਾਕੀ ਪ੍ਰੋਗਰਾਮ। ਉਹਦਾ ਕਾਰਨ ਇਹ ਸੀ ਕਿ ਜਦੋਂ ਤੱਕ ਪੁਲਵਾਮਾ ਦੇ ਵਿੱਚ ਅਟੈਕ ਨਹੀਂ ਸੀ ਹੋਇਆ, ਭਾਰਤ ਨੇ ਦੁਬਾਰਾ ਏਅਰ ਸਟ੍ਰਾਈਕ ਨਹੀਂ ਸੀ ਕੀਤੀ, ਉਦੋਂ ਤੱਕ ਹਾਲਾਤ ਬਹੁਤ ਦੁਚਿੱਤੀ ਵਾਲੇ ਸੀ। ਉਦੋਂ ਤੱਕ ਦੁਚਿੱਤੀ ਇਹ ਸੀ ਕਿ ਪ੍ਰਿਯੰਕਾ ਗਾਂਧੀ ਅੱਗੇ ਵਧੀ ਜਾਂਦੀ ਸੀ, ਲੋਕਾਂ ਦਾ ਧਿਆਨ ਸਾਰਾ ਪ੍ਰਿਯੰਕਾ ਗਾਂਧੀ ਵੱਲ ਸੀ, ਪੰਜਾਬ ਤੇ ਕੁਝ ਇੱਕ ਹੋਰ ਥਾਵਾਂ ਨੂੰ ਛੱਡ ਕੇ ਬਾਕੀ ਜਗ੍ਹਾ ਦੇ ਉੱਤੇ ਇਦਾਂ ਦੇ ਪੋਸਟਰ ਵੀ ਲੱਗੇ, ਹੋਰਡਿੰਗ ਵੀ ਲੱਗੇ, ਕਿਉਂਕਿ ਪ੍ਰਿਯੰਕਾ ਗਾਂਧੀ ਦੇ ਵਿੱਚੋਂ ਇੰਦਰਾ ਗਾਂਧੀ ਦੀ ਝਲਕ ਪੈਂਦੀ ਹੈ ਸਾਬਕਾ ਪ੍ਰਧਾਨ ਮੰਤਰੀ ਦੀ, ਇਸ ਕਰਕੇ ਪ੍ਰਿਯੰਕਾ ਗਾਂਧੀ ਜਿਹੜੀ ਹੈ ਉਹ ਦੇਸ਼ ਦੀ ਨੁਹਾਰ ਬਦਲ ਸਕਦੀ ਹੈ, ਪ੍ਰਿਯੰਕਾ ਗਾਂਧੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਨੂੰ ਅੱਗੇ ਲਿਜਾ ਸਕਦੀ ਹੈ, ਕਈ ਗੱਲਾਂ ਬਾਤਾਂ ਹੋਈਆਂ। ਪਰ ਪ੍ਰਿਯੰਕਾ ਗਾਂਧੀ ਚੁੱਪ, ਰਾਹੁਲ ਗਾਂਧੀ ਹਰ ਥਾਂ ਬੋਲ ਰਹੇ ਆ, ਪਤਾ ਲੱਗਾ ਕਿ ਏਅਰ ਸਟ੍ਰਾਈਕ ਤੋਂ ਬਾਅਦ ਲੋਕਾਂ ਦਾ ਧਿਆਨ ਇਸ ਵੇਲੇ ਇਸ ਗੱਲ ਚ ਨਹੀਂ ਕਿ ਕਿਹੜਾ ਲੀਡਰ ਉੱਪਰ ਨੂੰ ਜਾਂਦਾ ਜਾਂ ਕਿਹੜਾ ਲੀਡਰ ਹੇਠਲੇ ਪਾਸੇ ਨੂੰ ਜਾਂਦਾ, ਸਮਾਂ ਜਿਹੜਾ ਇਸ ਗੱਲ ਦੀ ਮੰਗ ਕਰਦਾ ਕਿ ਹੁਣ ਪ੍ਰਿਯੰਕਾ ਗਾਂਧੀ ਹੋਰੀ ਆਪਣੀ ਚੁੱਪ ਤੋੜਨ, ਪਤਾ ਲੱਗ ਜਾਵੇ ਕਾਂਗਰਸ ਪਾਰਟੀ ਨੂੰ ਵੀ ਕਿ ਪ੍ਰਿਯੰਕਾ ਗਾਂਧੀ ਦੇ ਮੈਦਾਨ ਦੇ ਵਿੱਚ ਆਉਣ ਦੇ ਨਾਲ ਫਰਕ ਜਿਹੜਾ ਉਹ ਕਿੰਨਾ ਕੁ ਪੈਣਾ, ਕਿਉਂਕਿ ਪ੍ਰਿਯੰਕਾ ਗਾਂਧੀ ਜੇ ਚੰਗੇ ਤਰੀਕੇ ਕੰਮ ਕਰਨ ਤਾਂ ਕਾਂਗਰਸ ਦੀਆਂ ਸੀਟਾਂ 2-12 ਵੀ ਹੋ ਸਕਦੀਆਂ, ਪਰ ਜੇ ਐਸੇ ਤਰੀਕੇ ਪ੍ਰੋਗਰਾਮ ਪੋਸਟਪੋਨ ਕਰ ਦੇਣੇ ਆ, ਅਜੇ ਇਲੈਕਸ਼ਨ ਦੂਰ ਹੈ ਇਸ ਕਰਕੇ ਢਿੱਲ ਵਰਤਣੀ ਹੈ, ਇਹਦੇ ਨਾਲ ਜਿਹੜਾ ਕਿਤੇ ਨਾ ਕਿਤੇ ਨੁਕਸਾਨ ਹੋਏਗਾ ਜ਼ਰੂਰ। ਪਰ ਹਾਲ ਦੀ ਘੜੀ ਕਾਂਗਰਸ ਪਾਰਟੀ ਦਾ ਵਰਕਰ ਜਿਹੜਾ 15 ਸਾਲ ਬਾਅਦ ਯੂਪੀ ਦੇ ਵਿੱਚ ਨਿਰਾਸ਼ਾ ਚੋਂ ਬਾਹਰ ਆਇਆ ਸੀ, ਉਹ ਕਾਂਗਰਸ ਪਾਰਟੀ ਦਾ ਵਰਕਰ ਜਿਹਨੇ ਲੰਬੇ ਸਮੇਂ ਬਾਅਦ ਪਹਿਲੀ ਵਾਰ ਬਿਨਾਂ ਕਿਸੇ ਦੇ ਸੱਦੇ ਦੇ ਜਾ ਕੇ ਕਾਂਗਰਸ ਪਾਰਟੀ ਦੇ ਕਿਸੇ ਲੀਡਰ ਨੂੰ ਵੇਖਣ ਦੀ ਕੋਸ਼ਿਸ਼ ਕੀਤੀ, ਉਹ ਨਿਰਾਸ਼ਾ ਚ ਨਿਕਲੇ ਲੋਕ ਇੱਕ ਵਾਰੀ ਫਿਰ ਨਿਰਾਸ਼ਾ ਚ ਜਾਂਦੇ ਹੋਣਗੇ ਕਿ ਭਾਈ ਪਹਿਲਾਂ ਤਾਂ ਕਹਿੰਦੇ ਅਸੀਂ ਰਹੋ ਯੂਪੀ ਚ, ਹੁਣ 15 ਦਿਨ ਹੋ ਗਏ ਮੁਖੜਾ ਵੀ ਨਹੀਂ ਵਿਖਾਇਆ ਜੀ।
ਦਿਖਾਉਣ ਵੀ ਕਿਵੇਂ ਜੀ ਉਧਰ ਬਾਰਡਰ ਹੋਰਾਂ ਦੀਆਂ ਸਮੱਸਿਆਵਾਂ ਵਧੀਆ ਪਈਆਂ ਕਹਿੰਦੇ ਹੋਣਗੇ ਉਹਨਾਂ ਦੀ ਰੋਟੀ ਲੈ ਕੇ ਜਾਵਾਂ ਕਿ ਇਧਰ ਆਵਾਂ ਤੇ ਪਟ ਸਾਹਿਬ ਐਸ ਆਈ ਟੀ ਜਿਹੜੀ ਬਣੀ ਹੋਈ ਸੀ ਅਕਾਲੀਆਂ ਨੇ ਉਹਦਾ ਬਾਈਕਾਟ ਕਰਤਾ ਜੀ ਅੱਜ ਤਾਂ ਸੁਖਨੈਬ ਜੀ ਕਮਾਲ ਹੀ ਹੋ ਗਈ ਇਸ ਪੱਖੋਂ ਅਜੇ ਬੀਤੇ ਕੱਲ ਹੀ ਮੰਤਾਰ ਬਰਾੜ ਦੇ ਉੱਤੇ ਪਰਚੇ ਦੀਆਂ ਖਬਰਾਂ ਆਈਆਂ ਹਾਲਾਂਕਿ ਪਰਚਾ 2018 ਦਾ ਪਰ ਉਹਦੇ ਜਦੋਂ ਐਸ ਆਈ ਟੀ ਨੇ ਅਦਾਲਤ ਦੇ ਵਿੱਚ ਜਾ ਕੇ ਕਿਹਾ ਕਿ ਨਾ ਭਾਈ ਇਹਨਾਂ ਨੂੰ ਬਿਲਕੁਲ ਵੀ ਜ਼ਮਾਨਤ ਨਹੀਂ ਦੇਣੀ ਕੋਈ ਬਲੈਂਕਟ ਬੇਲ ਨਹੀਂ ਦੇਣੀ ਕਿਉਂਕਿ ਇਹਨਾਂ ਦਾ ਨਾਂ ਪਰਚੇ 'ਚ ਹੈ ਇਹ ਸਾਡੇ ਭਾਅ ਦੇ ਕਥਿਤ ਤੌਰ ਤੇ ਮੁਲਜ਼ਮ ਨੇ ਜੇ ਬਲੈਂਕਟ ਬੇਲ ਮਿਲ ਗਈ ਇਹਨਾਂ ਤੋਂ ਜਾਣਕਾਰੀ ਕਿਵੇਂ ਲੈਣੀ ਹੈ ਇਹਨਾਂ ਤੋਂ ਅਸੀਂ ਸਹਿਯੋਗ ਕਿਵੇਂ ਲੈਣਾ ਜਾਂ ਜਿਵੇਂ ਸਹਿਯੋਗ ਫਿਰ ਇਹਨਾਂ ਨੂੰ ਦੇਣਾ ਨਹੀਂ ਚਲੋ ਜ਼ਮਾਨਤ ਉਹਨਾਂ ਦੀ ਰੱਦ ਹੋ ਗਈ ਇਹਦੇ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਮਹੇਸ਼ ਇੰਦਰ ਸਿੰਘ ਗੜੇਵਾਲ ਸਾਹਿਬ ਉਹਦੇ ਵਿੱਚ ਸ਼ਾਮਿਲ ਸੀ ਇਹਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਵੀ ਉਸ ਪ੍ਰੋਗਰਾਮ ਦੇ ਵਿੱਚ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਸੀ ਰਾਜ ਸਭਾ ਦੇ ਮੈਂਬਰ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਸਾਹਿਬ ਵੀ ਬੈਠੇ ਸੀ ਤੇ ਇਹਨਾਂ ਨੇ ਕਿਹਾ ਕਿ ਦੇਖੋ ਜੀ ਐਸ ਆਈ ਟੀ ਜਿਹੜੀ ਹੈ ਬਹੁਤ ਪੱਖਪਾਤ ਪੂਰਨ ਕਾਰਵਾਈ ਕਰਦੀ ਹੈ ਜਿਵੇਂ ਕਹਿੰਦੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਾਰਾ ਕੁਝ ਕਪਤਾਨ ਸਾਹਿਬ ਦੀ ਸਰਕਾਰ ਦੇ ਕਹਿਣ ਦੇ ਮੁਤਾਬਕ ਲਿਖਿਆ ਹੁਣ ਕਹਿੰਦੇ ਐਸ ਆਈ ਟੀ ਵੀ ਬਿਲਕੁਲ ਰਣਜੀਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲ ਪਈ ਇੱਥੋਂ ਤੱਕ ਕਿ ਇੱਕ ਆਈ ਜੀ ਰੈਂਕ ਦੇ ਜਿਹੜੇ ਅਧਿਕਾਰੀ ਨੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਉੱਤੇ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤੇ ਅਕਾਲੀ ਦਲ ਦੀ ਬਾਕੀ ਲੀਡਰਸ਼ਿਪ ਨੇ ਦੋਸ਼ ਲਾਏ ਕਿ ਭਾਈ ਆਈ ਜੀ ਰੈਂਕ ਦਾ ਇਹ ਅਧਿਕਾਰੀ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛ ਪੁੱਛ ਕੇ ਕੰਮ ਕਰਦਾ ਹੈ ਕਿ ਭਾਈ ਹੁਣ ਕੀ ਕਰੀਏ ਤੇ ਹੁਣ ਜਿਹੜਾ ਉਹ ਕੀ ਕਰੀਏ ਚਲੋ ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਬਹੁਤ ਵੱਡਾ ਮਸਲਾ ਉਹਨਾਂ ਨੇ ਕਿਹਾ ਕਿ ਜੇ ਇੱਕ ਲੋਕਾਂ ਦਾ ਚੁਣਿਆ ਹੋਇਆ ਐਮ ਐਲ ਏ ਕਿਸੇ ਸਮੱਸਿਆ ਦੇ ਵਿੱਚ ਫਸਣ ਕਰਕੇ ਉਹਦੇ ਹਲਕੇ ਦੀ ਸਥਿਤੀ ਗੰਭੀਰ ਹੋਣ ਦੇ ਕਰਕੇ ਜੇ ਵਾਰ ਵਾਰ ਮੁੱਖ ਮੰਤਰੀ ਨੂੰ ਵਾਰ ਵਾਰ ਡੀ ਜੀ ਪੀ ਨੂੰ ਵਾਰ ਵਾਰ ਕੁਝ ਹੋਰ ਅਧਿਕਾਰੀਆਂ ਨੂੰ ਫੋਨ ਕਰ ਲੈਂਦਾ ਇਹਦੇ ਵਿੱਚ ਕਹਿੰਦੇ ਗੁਨਾਹ ਕੀ ਹੈ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਇਹ ਗੁਨਾਹ ਹੈ ਨਾ ਤਾਂ ਸਾਰੇ ਕਾਂਗਰਸ ਪਾਰਟੀ ਦੇ ਐਮ ਐਲ ਏ ਵਾਸਤੇ ਤਿਆਰ ਹੋ ਜਾਓ ਸਰਕਾਰ ਸਾਡੀ ਆ ਲੈਣ ਦਿਓ ਇਹਦੇ ਤੋਂ ਹੁਣ ਕਾਂਗਰਸ ਪਾਰਟੀ ਦੇ ਐਮ ਐਲ ਏ ਕੀ ਹਿਸਾਬ ਕਿਤਾਬ ਲੈਣ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਐਸ ਆਈ ਟੀ ਕੈਪਟਨ ਦੀ ਬੀ ਟੀਮ ਹੈ ਸਿਆਸਤ ਤੋਂ ਪ੍ਰੇਰਿਤ ਹੈ ਇਸ ਕਰਕੇ ਉਹ ਕਹਿੰਦੇ ਅਕਾਲੀ ਦਲ ਐਸ ਆਈ ਟੀ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਕੋਈ ਸਹਿਯੋਗ ਨਹੀਂ ਦਊ ਸਾਡੇ ਵੱਲੋਂ ਐਸ ਆਈ ਟੀ ਦਾ ਬਾਈਕਾਟ ਹੈ ਦੇਖੋ ਐਸ ਆਈ ਟੀ ਦਾ ਬਾਈਕਾਟ ਕਰਕੇ ਹੁਣ ਸੁਖਬੀਰ ਸਿੰਘ ਬਾਦਲ ਇੱਕ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਤੇ ਨਾ ਕਿਤੇ ਇਹ ਮਾਮਲਾ ਸੀ ਬੀ ਆਈ ਦੇ ਕੰਢੇ ਲੈ ਜਾਈਏ ਫਿਰ 5-7 ਸਾਲ ਨਿਕਲ ਵੀ ਜਾਣਗੇ ਇੱਦਾਂ ਦਾ ਜਿਹੜਾ ਮਾਹੌਲ ਵੀ ਨਹੀਂ ਬਣੂਗਾ ਤੇ ਹੁਣ ਦੇਖਦੇ ਹਾਂ ਕਿ ਜੇ ਇਸੇ ਤਰੀਕੇ ਦੇ ਨਾਲ ਐਸ ਆਈ ਟੀ ਦਾ ਬਾਈਕਾਟ ਹੋ ਗਿਆ ਇਹਦਾ ਮਤਲਬ ਹੈ ਕਿ ਜਾਂਚ ਪੜਤਾਲ ਦੇ ਵਿੱਚ ਕਿਤੇ ਨਾ ਕਿਤੇ ਕੁਝ ਹੱਦ ਤੱਕ ਜਿਹੜਾ ਉਹ ਹੁਣ ਵਿਘਨ ਪੈ ਸਕਦਾ ਬਾਕੀ ਜੇ ਅਕਾਲੀ ਦਲ ਨੇ ਸਹਿਯੋਗ ਨਾ ਕੀਤਾ ਜਿਸ ਤਰੀਕੇ ਸੁਪਰੀਮ ਕੋਰਟ ਦੇ ਜੱਜ ਤੋਂ ਉਹਨਾਂ ਨੇ ਜਾਂਚ ਮੰਗੀ ਹੈ ਉਧਰਲੇ ਪਾਸੇ ਨੂੰ ਗੱਲ ਨਾ ਤੁਰੀ ਤਾਂ ਲੱਗਦਾ ਹੈ ਕਿ ਹੁਣ ਇਸ ਮੁੱਦੇ ਦੇ ਉੱਤੇ ਸਿਆਸੀ ਟਕਰਾਅ ਜਿਹੜਾ ਬਿਲਕੁਲ ਸਿਖਰ ਤੇ ਰਹੂਗਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਜੀ ਆਇਆਂ ਨੂੰ ਸਾਰੇ ਸੱਜਣਾਂ ਨੂੰ ਤੇ ਵਟਸਐਪ ਪਾਇਓ ਜੀ ਚਾਨਣ ਯੂਪੀ ਦੇ ਨੇਤਾ ਹੋਏ ਛਿਤਰੋ ਛਿਤਰੀ ਆਇਆ ਤਾਂ ਮੈਂ ਵੀ ਯੂਪੀ ਚੋਂ ਮੈਨੂੰ ਦਿਸੇ ਨਹੀਂ ਉੱਥੇ ਸੁਖਨੈਬ ਜੀ ਮੈਂ ਕਈ ਸਾਲ ਹੋ ਗਏ ਹੁਣ ਲੋਕ ਨਾ ਮੱਕੀ ਮੁੱਕੀ ਕੁੱਟਦੇ ਨਹੀਂ ਸੀ ਵੇਖੇ ਕਈ ਸਰੋਂ ਝਾੜਦੇ ਹੁੰਦੇ ਲੋਕ ਡੰਡਾ ਲੈ ਕੇ ਉਹ ਵੀ ਨਹੀਂ ਸੀ ਵੇਖੇ ਜੀ ਪਰ ਜਦੋਂ ਇਹ ਵੀਡੀਓ ਵੇਖੀ ਨਾ ਤਾਂ ਚੇਤਾ ਆ ਗਿਆ ਕਿ ਭਾਈ ਕੰਮ ਤਾਂ ਠੀਕ ਚੱਲਦਾ ਇਹਦੇ ਤੋਂ ਇੱਕ ਗੱਲ ਪਤਾ ਲੱਗ ਗਈ ਕਿ ਲੀਡਰ ਜਿਹੜੇ ਆ ਜੇ ਚਿੱਟੇ ਕੁੜਤੇ ਪਜਾਮੇ ਪਾ ਲੈਂਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਤਾਕਤ ਨਾਲ ਕੰਮ ਨਹੀਂ ਕਰ ਸਕਦੇ ਜੀ ਹੁਣ ਕਹਾਣੀ ਕੀ ਹੋਈ ਕਿ ਯੂਪੀ ਦਾ ਸੰਤ ਕਬੀਰ ਨਗਰ ਉੱਥੇ ਜ਼ਿਲ੍ਹਾ ਪਲੈਨਿੰਗ ਬੋਰਡ ਦੀ ਮੀਟਿੰਗ ਦੇ ਵਿੱਚ ਉੱਥੇ ਇੱਕ ਮੰਤਰੀ ਵੀ ਆਏ ਸੀ ਆਸ਼ੂਤੋਸ਼ ਟੰਡਨ ਇੰਚਾਰਜ ਉਹ ਸੀ ਵਿਚਾਲੇ ਬੈਠੇ ਉਹਨਾਂ ਦੇ ਖੱਬੇ ਪਾਸੇ ਬੈਠੇ ਸੀ ਮੈਂਬਰ ਪਾਰਲੀਮੈਂਟ ਸ਼ਰਦ ਤ੍ਰਿਪਾਠੀ ਜੀ ਸੱਜੇ ਪਾਸੇ ਬੈਠੇ ਸੀ ਐਮ ਐਲ ਏ ਸਾਹਿਬ ਰਾਕੇਸ਼ ਸਿੰਘ ਵਘੇਲ ਤੇ ਉੱਥੇ ਅਚਾਨਕ ਪਤਾ ਨਹੀਂ ਕੀ ਹੋਇਆ ਐਮ ਪੀ ਜਿਹੜੇ ਨੇ ਸ਼ਰਦ ਤ੍ਰਿਪਾਠੀ ਉਹਨਾਂ ਨੇ 2 ਸਕਿੰਟ ਲਾਏ ਆਪਣੇ ਪੈਰ ਚ ਪਾਈ ਜੁੱਤੀ ਲਾ ਕੇ ਹੱਥ ਚ ਫੜ ਲਈ ਤੇ 4ਵੇਂ ਸਕਿੰਟ ਉਹਨਾਂ ਨੇ ਐਮ ਐਲ ਏ ਜਿਹੜਾ ਉਹਦੇ ਬਿਲਕੁਲ ਰਾਕੇਸ਼ ਸਿੰਘ ਵਘੇਲ ਦੇ ਸਿਰ ਚ ਠੋਕਣੀਆਂ ਸ਼ੁਰੂ ਕਰਤੀਆਂ 2 ਜੁੱਤੀਆਂ ਸਿਰ ਚ 2 ਮੂੰਹ ਤੇ 2 ਮੋਢਿਆਂ ਤੇ ਇਹਦੇ ਤੋਂ ਪਹਿਲਾਂ ਜੀ
ਐਮ ਐਲ ਏ ਨੂੰ ਪਤਾ ਲੱਗਦਾ ਕਿ ਹੋਇਆ ਕੀ ਹੈ, ਉਦੋਂ ਤੱਕ ਐਮ ਪੀ ਸਾਹਿਬ ਨੇ ਜਿਹੜਾ ਆਪਣਾ ਗੁੱਸਾ ਲਾ ਲਿਆ ਸੀ, ਜਦੋਂ ਤੱਕ ਐਮ ਐਲ ਏ ਨੂੰ ਸਮਝ ਆਈ ਕਿ ਤਾਂ ਮੇਰੇ ਪੈ ਗਈਆਂ, ਉਹ ਉੱਠ ਕੇ ਗਿਆ ਤੇ ਉਹਨੇ ਵੀ ਨਾ ਤਿੰਨ ਕਹੂਰੇ ਜਿਹੜੇ ਆ ਉਹ ਸਿੱਧੇ ਜਵਾੜੇ ਤੇ ਜੜੇ ਉਹਦੇ। ਉਦੋਂ ਤੱਕ ਚਲੋ ਸਾਰੇ ਵਿੱਚ ਵਿਚਾਲੇ ਪੈ ਗਏ ਕਿਉਂਕਿ ਪੁਲਿਸ ਦੇ ਕਈ ਅਧਿਕਾਰੀ ਵੀ ਸੀ, ਤੇ ਜੇ ਤਿੰਨ ਕੁ ਸਕਿੰਟ ਦਾ ਸਮਾਂ ਐਮ ਐਲ ਏ ਨੂੰ ਹੋਰ ਮਿਲ ਜਾਂਦਾ ਬਰਾਬਰ ਉਹਨੇ ਕੰਮ ਕਰ ਦੇਣਾ ਸੀ, ਪਰ ਫਿਰ ਵੀ ਪਹਿਲਾਂ ਇਹਦੇ ਪੈ ਗਈਆਂ ਤੇ ਬਾਅਦ ਵਿੱਚ ਉਹਦੇ ਪੈ ਗਈਆਂ, ਵੀਡੀਓ ਬਣ ਗਈ ਤੇ ਵੀਡੀਓ ਸਾਰੇ ਮੁਲਕ ਦੇ ਵਿੱਚ ਇਸ ਵੇਲੇ ਘੁੰਮਦੀ ਫਿਰਦੀ ਹੈ। ਉੱਥੋਂ ਪਤਾ ਲੱਗ ਜਾਂਦਾ ਕਿ ਭਾਈ ਆਹ ਵੇਖੋ ਲੀਡਰ ਲੋਕ ਵੀ ਜਿਹੜੇ ਹੈ ਉਹ ਵੀ ਹੁਣ ਜੁੱਤੀ ਪੈਰ ਦੇ ਵਿੱਚੋਂ ਲਾਹ ਕੇ ਹੱਥ 'ਚ ਫੜ ਕੇ ਤਾਂ ਸਾਥੀ ਦੇ ਸਿਰ ਦੇ ਵਿੱਚ ਮਾਰਨ ਤੋਂ ਗੁਰੇਜ਼ ਨਹੀਂ ਕਰਦੇ। ਕਹਾਣੀ ਕੀ ਹੋਈ? ਕਹਾਣੀ ਸਿਰਫ ਇੰਨੀ ਕਿ ਐਮ ਪੀ ਨੇ ਕਿਹਾ ਕਲੈਕਟਰ ਨੂੰ, ਉੱਥੋਂ ਦੇ ਅਧਿਕਾਰੀ ਨੂੰ, ਕਿ ਕੱਲ੍ਹ ਇੱਕ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਉਹਦੇ ਤੇ ਮੇਰਾ ਨਾਂ ਕਿਉਂ ਨੀ ਲਿਖਿਆ, ਇਕੱਲੇ ਐਮ ਐਲ ਏ ਦਾ ਨਾਂ ਕਿਉਂ? ਜੀ ਆ ਬਿਲਕੁਲ, ਹੁਣ ਦੇਖੋ ਮੈਂ ਕਹਿੰਦਾ ਕਿ ਨੀਂਹ ਪੱਥਰ ਭਾਈ ਦੋ ਲੈ ਜਾ ਕਰੋ ਜੀ, ਮੋਟੇ ਮੋਟੇ ਕਰਕੇ ਇੱਕ ਦੇ ਉੱਤੇ ਕੰਮ ਲਿਖ ਦਿੱਤਾ ਕੀ ਕੀਤਾ ਤੇ ਦੂਜੇ ਤੇ ਭਾਵੇਂ ਸਾਰੇ ਨਾਂ ਹੀ ਲਿਖ ਦਿੱਤੇ, ਕੋਈ ਨਾਰਾਜ਼ ਨੀ ਹੋਣਾ ਚਾਹੀਦਾ ਜੀ। ਭਾਵੇਂ ਨੀਂਹ ਪੱਥਰ ਦਾ ਪਿਛਲਾ ਪਾਸਾ ਜਿਹੜਾ ਕੰਧ ਦੇ ਵਿੱਚ ਜੜਨਾ ਹੁੰਦਾ ਜਿਹੜਾ ਦਿਸਦਾ ਹੈ ਉਹ ਤੇ ਨਾਂ ਲਿਖ ਦਿਆ ਕਰੋ, ਇਹਨਾਂ ਨੂੰ ਤਾਂ ਨਾਂ ਲਿਖਿਆ ਚਾਹੀਦਾ। ਹੁਣ ਉਹ ਕਹਿੰਦਾ ਐਮ ਐਲ ਏ ਕਿ ਤੂੰ ਅਧਿਕਾਰੀ ਤੋਂ ਨਾ ਪੁੱਛ ਮੇਰੇ ਨਾਲ ਗੱਲ ਕਰ ਜੀ, ਜੋ ਕੁਝ ਹੋਇਆ ਮੇਰੇ ਕਰਕੇ ਹੋਇਆ। ਤੇ ਜਦੋਂ ਐਮ ਪੀ ਨੇ ਇਹ ਗੱਲ ਸੁਣੀ ਨਾਲ ਹੀ ਉਹਨੇ ਜੁੱਤੀ ਲਾ ਕੇ ਐਮ ਐਲ ਏ ਦੇ ਸਿਰ ਚ ਮਾਰਨੀ ਸ਼ੁਰੂ ਕਰਤੀ। ਹੁਣ ਦੇਖੋ ਇਹ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਨੇ ਜਿਹੜੇ ਕੇਵਲ ਤੇ ਕੇਵਲ ਇੱਕ ਪੱਥਰ ਦੇ ਉੱਤੇ ਨਾਂ ਲਿਖਾਉਣ ਦੇ ਚੱਕਰ ਚ ਇੱਕ ਦੂਜੇ ਦੇ ਉੱਤੇ ਜੁੱਤੀਆਂ ਲਾ ਕੇ ਸਿਰ ਚ ਮਾਰਦੇ ਆ। ਹੁਣ ਭੜਕ ਨੂੰ ਜੇ ਇਹਨਾਂ ਦੇ ਹਲਕੇ ਦੇ ਲੋਕਾਂ ਦੇ ਵਿੱਚ ਕੋਈ ਗੁੱਸਾ ਹੋਏਗਾ, ਇਹਨਾਂ ਦੇ ਹਲਕੇ ਦੇ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਮਨਵਟਾਵ ਹੋਏਗਾ, ਇਹ ਬੰਦੇ ਕਿਤੇ ਜਾ ਕੇ ਮਸਲਾ ਹੱਲ ਕਰ ਲੈਣਗੇ? ਮੈਨੂੰ ਨੀ ਲੱਗਦਾ ਕਿ ਇਹਦੇ ਵਿੱਚ ਲੀਡਰਸ਼ਿਪ ਦਾ ਕੋਈ ਕਸੂਰ ਹੈ। ਜੇ ਕੋਈ ਕਹੇ ਜੀ ਪਾਰਟੀ ਇਹਨਾਂ ਤੇ ਕਾਰਵਾਈ ਕਰੇ, ਪਾਰਟੀ ਕਿਉਂ ਕਾਰਵਾਈ ਕਰੇ ਬਈ? ਭਾਰਤ ਦੀ ਕਿਹੜੀ ਸਿਆਸੀ ਪਾਰਟੀ ਹੈ ਜਿਹੜੀ ਉਹਨਾਂ ਲੋਕਾਂ ਨੂੰ ਟਿਕਟਾਂ ਦਿੰਦੀ ਜਿਹਨਾਂ ਤੇ ਪਰਚੇ ਹੋਏ ਵਾ? ਬਈ ਲੋਕ ਇੱਦਾਂ ਦੇ ਨੇ ਜਿਹਨਾਂ ਤੇ ਇੱਕ ਤੋਂ ਵੱਧ ਪਰਚੇ ਆ, ਪਰ ਸਿਆਸੀ ਪਾਰਟੀਆਂ ਉਹਨਾਂ ਨੂੰ ਟਿਕਟਾਂ ਦਿੰਦੀਆਂ। ਇਹ ਤਾਂ ਭਾਈ ਸਾਡੇ ਤੁਹਾਡੇ ਵਰਗੇ ਲੋਕਾਂ ਦੇ ਲਈ ਸੁਣਨ ਦੀ ਲੋੜ ਹੈ, ਸਮਝਣ ਦੀ ਲੋੜ ਹੈ ਕਿ ਅਸੀਂ ਵੋਟਾਂ ਹੀ ਉਸ ਬੰਦੇ ਨੂੰ ਪਾਈਏ ਜੇ ਇਸ ਬੰਦੇ ਤੋਂ ਸਾਨੂੰ ਆਸ ਹੋਵੇ ਕਿ ਭਾਈ ਇਹਨੂੰ ਕੁਝ ਗਿਆਨ ਹੈਗਾ, ਇਹ ਹੋਸ਼ੀਆਂ ਕਾਰਵਾਈਆਂ ਨਹੀਂ ਕਰੂਗਾ, ਇਹ ਹੋਰ ਕੁਝ ਕਰੇ ਨਾ ਕਰੇ ਪਰ ਇੱਕ ਦੂਜੇ ਦੇ ਸਿਰ ਦੇ ਵਿੱਚ ਲਾ ਕੇ ਜੁੱਤੀਆਂ ਨਹੀਂ ਮਾਰੂ। ਪਰ ਇਸ ਘਟਨਾਕ੍ਰਮ ਨੇ ਇੱਕ ਵਾਰੀ ਫਿਰ ਸਵਾਲ ਖੜੇ ਕਰ ਦਿੱਤੇ ਕਿ ਜਿਨ੍ਹਾਂ ਦੇ ਹੱਥਾਂ 'ਚ ਅਸੀਂ ਦੇਸ਼ ਤੇ ਸੂਬਾ ਸੌਂਪਿਆ ਹੋਇਆ ਉਹ ਹੱਥ ਕਿੰਨੇ ਕਾਰਗਰ ਸਾਬਿਤ ਹੋਣਗੇ ਜੀ। ਤੇ ਸੱਜਣ ਕੁਮਾਰ ਦੇ ਕੇਸ ਦੀ ਅੱਜ ਸੁਣਵਾਈ ਹੋ ਗਈ ਜੀ। ਸੁਖਨੈਪ ਜੀ ਬਿਲਕੁਲ, ਅੱਜ ਬਹੁਤ ਇੰਪੋਰਟੈਂਟ ਦਿਨ ਸੀ ਕਿਉਂਕਿ ਜੋ ਕੁਝ ਐਡਵੋਕੇਟ ਫੂਲਕਾ ਸਾਹਿਬ ਨੇ ਵੀ ਦੱਸਿਆ, ਕਿਉਂਕਿ ਉਹ ਮੌਕੇ ਤੇ ਸੀ, ਇਸੇ ਕਰਕੇ ਤੇ ਉਹਨਾਂ ਨੇ ਬਹੁਤ ਕੁਝ ਛੱਡਿਆ, ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਤੱਕ ਛੱਡਤਾ ਸੀ। ਉਹਨਾਂ ਨੇ ਅੱਜ ਜਾਣਕਾਰੀ ਇਹ ਦਿੱਤੀ ਹੈ ਅਦਾਲਤ ਦੇ ਸਾਹਮਣੇ ਖੜ ਕੇ, ਉਹ ਕਹਿੰਦੇ ਜੀ ਦੇਖੋ 1984 ਸਿੱਖ ਕਤਲੇਆਮ ਦੇ ਵਿੱਚ ਭਾਵੇਂ ਪੰਜ ਸਿੱਖਾਂ ਦੇ ਕਤਲ 'ਚ ਕਾਂਗਰਸ ਪਾਰਟੀ ਦਾ ਲੀਡਰ ਸੱਜਣ ਕੁਮਾਰ ਆਖਰੀ ਸਾਹ ਤੱਕ ਦੀ ਉਮਰ ਕੈਦ ਭੁਗਤ ਰਿਹਾ, ਪਰ ਕਈ ਕੇਸ ਕਹਿੰਦੇ ਹੋਰ ਵੀ ਆ ਉਹਦੇ ਖਿਲਾਫ। ਹੁਣ ਇਦਾਂ ਦੇ ਇੱਕ ਕੇਸ ਦੀ ਸੁਣਵਾਈ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਹੋਈ। ਉਸ ਕੇਸ ਦੀ ਮੁੱਖ ਗਵਾਹ ਤੇ ਜਿਹੜੀ ਪੀੜਤ ਹੈ ਚਾਮ ਕੌਰ, ਉਹਨੇ ਠੋਕ ਵਜਾ ਕੇ ਸੱਜਣ ਕੁਮਾਰ ਦੇ ਖਿਲਾਫ ਗਵਾਹੀ ਦਿੱਤੀ। ਸੁਲਤਾਨਪੁਰੀ ਇਲਾਕੇ 'ਚ ਕਤਲ ਕੀਤੇ ਗਏ ਸਿੱਖਾਂ ਦੇ ਮਾਮਲੇ 'ਚ ਵਕੀਲ ਹਰਵਿੰਦਰ ਸਿੰਘ ਫੂਲਕਾ ਸਾਹਿਬ ਨੇ ਤੇ ਬੀਬੀ ਚਾਮ ਕੌਰ ਪਟੀਸ਼ਨ ਕਰਤਾ। ਉਸ ਬੀਬੀ ਚਾਮ ਕੌਰ ਦਾ ਅੱਜ ਕ੍ਰੋਸ ਐਗਜ਼ਾਮੀਨੇਸ਼ਨ ਜਿਹੜਾ ਉਹ ਪੂਰਾ ਹੋ ਗਿਆ। ਹਾਲਾਂਕਿ ਚਾਮ ਕੌਰ ਨੇ ਵੀ ਦੱਸਿਆ ਤੇ ਐਡਵੋਕੇਟ ਫੂਲਕਾ ਸਾਹਿਬ ਨੇ ਵੀ ਅਦਾਲਤ ਨੂੰ ਦੱਸਿਆ ਕਿ ਦੇਖੋ ਜੀ ਕੰਮ ਬਹੁਤਾ ਔਖਾ ਹੋਇਆ ਪਿਆ, ਸਾਨੂੰ ਲਗਾਤਾਰ ਗਵਾਹੀ ਨਾ ਦੇਣ ਦੇ ਲਈ ਧਮਕੀਆਂ ਮਿਲਦੀਆਂ ਰਹੀਆਂ, ਤੇ ਚਾਮ ਕੌਰ ਨੇ ਅਦਾਲਤ ਨੂੰ ਸਾਰੀ ਕਹਾਣੀ ਇੱਕ ਵਾਰੀ ਫਿਰ ਇੰਨ ਬਿੰਨ ਸੁਣਾਤੀ ਕਿ ਕਿਸ ਤਰੀਕੇ ਸੱਜਣ ਕੁਮਾਰ ਨੇ ਪਹਿਲਾਂ ਲੋਕਾਂ ਨੂੰ ਭੜਕਾਇਆ ਤੇ ਭੜਕਾਏ ਹੋਏ ਲੋਕਾਂ ਨੇ ਹੀ ਅੱਗੋਂ ਜਿਹੜਾ ਸਿੱਖ ਭਾਈਚਾਰੇ ਦਾ ਕਤਲੇਆਮ ਸ਼ੁਰੂ ਕੀਤਾ। ਚਲੋ ਹੁਣ ਦੇਖਦੇ ਹਾਂ ਕਿ ਅਗਲੀ ਤਰੀਕ ਜਿਹੜੀ ਹੈ 28 ਮਾਰਚ ਹੈ, ਹੋ ਸਕਦਾ ਕਿ 28 ਮਾਰਚ ਜਾਂ ਉਹਦੇ ਤੋਂ ਬਾਅਦ ਇੱਕ ਤਰੀਕ ਹੋਰ ਹੋਵੇ, ਫਿਰ ਰਾਖਵਾਂ ਰੱਖ ਲਿਆ ਜਾਊਗਾ ਫੈਸਲਾ। ਇਹਦਾ ਮਤਲਬ ਹੈ ਕਿ ਕੰਮ ਕਿਤੇ ਨਾ ਕਿਤੇ ਸੱਜਣ ਕੁਮਾਰ ਦੇ ਖਿਲਾਫ ਹੀ ਜਾਂਦਾ। ਪਹਿਲਾਂ ਵੀ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਹੀ ਸਾਰਾ ਕੁਝ ਪ੍ਰਾਪਤ ਹੋਇਆ ਸੀ, ਤੇ ਹੁਣ ਦੂਸਰੇ ਮਾਮਲੇ ਦੇ ਵਿੱਚ ਵੀ ਫੂਲਕਾ ਸਾਹਿਬ ਨੂੰ ਵੀ ਲੱਗਦਾ ਹੈ ਕਿ ਕੋਈ ਨਾ ਕੋਈ ਸਜ਼ਾ ਜਿਹੜੀ ਹੈ ਉਹ ਸੱਜਣ ਕੁਮਾਰ ਨੂੰ ਹੋਏਗੀ ਜ਼ਰੂਰ ਜੀ। ਤੇ 14 ਨੂੰ ਹੋਊਗੀ ਜੀ ਭਾਰਤ ਪਾਕ ਦੇ ਵਿਚਾਲੇ ਮੀਟਿੰਗ। ਸੁਖਨੈਪ ਜੀ ਇਹ ਬਹੁਤ ਅਹਿਮ ਗੱਲ ਹੈ, ਅੱਜ ਨਾ ਕੁਝ ਤਸਵੀਰਾਂ ਪਾਕਿਸਤਾਨ ਵਾਲੇ ਪਾਸਿਓਂ ਫੇਰ ਆਈਆਂ ਮੀਡੀਆ 'ਚ, ਜਿਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਉਂਦਾ ਸੀ ਕਿ ਭਾਰਤ ਪਾਕਿਸਤਾਨ ਦਾ ਜਿਹੜਾ ਲੰਘਾ ਹੈ ਕਰਤਾਰਪੁਰ ਕੋਰੀਡੋਰ ਜਿਹੜਾ, ਉਸ ਮੁੱਦੇ ਦੇ ਉੱਤੇ
ਕਿਤੇ ਨਾ ਕਿਤੇ ਹੁਣ ਕੰਮ ਖਰਾਬ ਨਾ ਹੋ ਜਾਏ, ਕਿਉਂਕਿ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਜਹਾਜ਼ ਸੁੱਟੇ, ਇੱਕ ਦੂਜੇ ਤੇ ਬੰਬ ਸੁੱਟੇ, ਇੱਕ ਦੂਜੇ ਦੇ ਖਿਲਾਫ਼ ਫੌਜਾਂ ਖੜੀਆਂ ਕਰਤੀਆਂ, ਇਲਜ਼ਾਮ ਤਰਾਸ਼ੀ ਬਹੁਤ ਹੀ ਲੱਗਦਾ ਸੀ ਕਿ ਕੰਮ ਅੱਗੇ ਪੈਜੂ, ਪਰ ਨਹੀਂ। ਹੁਣ 14 ਮਾਰਚ ਨੂੰ ਹੀ ਪਾਕਿਸਤਾਨ ਦੇ ਅਧਿਕਾਰੀ ਆ ਰਹੇ ਨੇ ਵਾਹਗਾ ਬਾਰਡਰ ਤੇ, ਭਾਰਤ ਵਾਲੇ ਪਾਸੇ ਬੈਠ ਕੇ ਫਿਰ ਗੱਲਬਾਤ ਕਰਨਗੇ। ਉਸ ਗੱਲਬਾਤ ਦਾ ਸਿੱਟਾ ਕੀ ਨਿਕਲਦਾ ਕੀ ਨਹੀਂ ਨਿਕਲਦਾ, ਇਹ ਤਾਂ ਹੁਣ ਆਉਣ ਵਾਲਾ ਜਿਹੜਾ ਉਹ ਸਮਾਂ ਦੱਸੂ। ਪਰ ਇੰਨੀ ਗੱਲ ਜ਼ਰੂਰ ਹੈ ਕਿ 14 ਤਰੀਕ ਨੂੰ ਹੋ ਸਕਦਾ ਕਿ ਦੋਵਾਂ ਮੁਲਕਾਂ ਦੇ ਅਧਿਕਾਰੀ ਇਸ ਗੱਲ ਦੇ ਉੱਤੇ ਕੋਈ ਨਾ ਕੋਈ ਸਹਿਮਤੀ ਬਣਾ ਹੀ ਲੈਣ ਕਿ ਭਾਈ ਕਰਤਾਰਪੁਰ ਦਾ ਲਾਂਘਾ ਕਿੰਨੇ ਤੋਂ ਕਿੰਨੇ ਵਜੇ ਤੱਕ ਖੁੱਲੂ, ਪਾਸਪੋਰਟ ਦੀ ਲੋੜ ਹੈਗੀ ਕਿ ਨਹੀਂ ਹੈਗੀ, ਇਹਦੇ ਤੋਂ ਇਲਾਵਾ ਗਰੁੱਪਾਂ ਦੇ ਵਿੱਚ ਜਾ ਸਕਣਗੇ ਜਾਂ ਘੱਟ ਵੱਧ ਬੰਦੇ ਵੀ ਜਾ ਸਕਣਗੇ। ਅਜੇ ਬਹੁਤ ਸਾਰੇ ਨੁਕਤੇ ਨੇ ਜਿਨ੍ਹਾਂ ਨੁਕਤਿਆਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ, ਤੇ ਨਾਲ ਦੀ ਨਾਲ ਅਗਲਾ ਫੈਸਲਾ ਵੀ ਤੁਰੰਤ ਕਰ ਦਿੱਤਾ ਗਿਆ ਕਿ 14 ਮਾਰਚ ਨੂੰ ਜੇ ਪਾਕਿਸਤਾਨ ਦੇ ਅਧਿਕਾਰੀ ਵਾਹਗਾ ਬਾਰਡਰ ਚ ਆਉਣਗੇ ਅਸੀਂ ਸਵਾਗਤ ਕਰਾਂਗੇ, ਤਾਂ ਫਿਰ ਠੀਕ 14 ਦਿਨ ਦੇ ਬਾਅਦ 28 ਮਾਰਚ ਨੂੰ ਉਹ ਕਹਿੰਦੇ ਇਧਰਲੇ ਪਾਸਿਓਂ ਵੀ ਵਫਦ ਜਿਹੜਾ ਉਹ ਭੇਜ ਦਾਂਗੇ, ਤਾਂ ਜੋ ਉਸ ਵਫਦ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਸਕੇ ਕਿ ਕਹਾਣੀਆਂ ਜਿਹੜੀਆਂ ਉਹ ਕਿੱਧਰਲੇ ਪਾਸਿਓਂ ਕਿੱਧਰ ਨੂੰ ਜਾਂਦੀਆਂ। ਹੁਣ ਇਧਰਲੇ ਪਾਸੇ ਅਜੇ ਕੰਮ ਕਰ ਥੋੜਾ ਜਿਹਾ ਔਖਾ, ਜ਼ਮੀਨ ਤੱਕ ਐਕੁਆਇਰ ਨਹੀਂ ਹੋਈ, ਪਾਕਿਸਤਾਨ ਵਾਲੇ ਨੇ ਕੰਮ ਤਕਰੀਬਨ ਨੇਪਰੇ ਚੜ੍ਹਤਾ, ਉਹ ਵਧਾਈ ਦੇ ਪਾਤਰ ਹੈ। ਪਰ ਸਭ ਤੋਂ ਵੱਡੀ ਜਿਹੜੀ ਵਧਾਈ ਹੈ ਉਹ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਸ ਕਰਕੇ ਹੈ ਕਿ ਇੰਨੇ ਤਣਾਅ ਦੇ ਬਾਵਜੂਦ ਵੀ ਦੋਵੇਂ ਮੁਲਕ ਕਰਤਾਰਪੁਰ ਦਾ ਲਾਂਘਾ ਖੋਲਣ ਦੇ ਲਈ ਹਾਲ ਦੀ ਘੜੀ ਮਾਨਸਿਕ ਤੌਰ ਦੇ ਉੱਤੇ ਵੀ ਪੂਰੀ ਤਰ੍ਹਾਂ ਤਿਆਰ ਨੇ। ਜੀ ਵਟਸਐਪ, ਇੱਕ ਮਿੰਟ ਹੈ ਆਪਣੇ ਕੋਲੇ, ਇਹ ਦੱਸਿਓ ਕਿ ਪੰਜਾਬ ਦਾ ਵਾਤਾਵਰਨ ਕਿਵੇਂ ਹੈ ਹੁਣ? ਵਾਤਾਵਰਨ ਬੜਾ ਵਧੀਆ ਜੀ। ਦੇਖੋ ਇੱਕ ਸ਼ਹਿਰ ਤਾਂ ਕਹਿੰਦੇ ਬਿਲਕੁਲ ਸਾਫ਼ ਸੁਥਰਾ ਹੋ ਗਿਆ, ਬਾਕੀ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕੰਮ ਕਾਰ ਠੀਕ ਹੈ। ਦਿੱਲੀ ਦੇ ਆਸ ਪਾਸ ਦੇ ਸਾਰੇ ਸ਼ਹਿਰ ਇੰਟਰਨੈਸ਼ਨਲ ਰਿਪੋਰਟ ਦੇ ਮੁਤਾਬਕ ਪ੍ਰਦੂਸ਼ਿਤ ਨੇ, ਪਰ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਇੱਕ ਮਸ਼ੀਨ ਲਾਈ ਸੀ ਪ੍ਰਦੂਸ਼ਣ ਦਾ ਪੱਧਰ ਜਾਂਚਣ ਦੀ, ਉਹ ਮਸ਼ੀਨ ਅਕਸਰ ਦੱਸਦੀ ਹੈ ਕਿ ਇੱਥੇ ਲੋਕਾਂ ਦੇ ਜੀਵਨ ਪੱਧਰ ਦੇ ਹਾਲਾਤ ਠੀਕ ਨਹੀਂ, ਇੱਥੇ ਲੋਕਾਂ ਦੇ ਲਈ ਹਵਾ ਪਾਣੀ ਜਿਹੜੀ ਹੈ ਉਹ ਠੀਕ ਨਹੀਂ। ਇੰਨੀ ਗੱਲ ਪੱਕੀ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਵੀ ਸਾਨੂੰ ਇਹ ਦੇਖ ਲੈਣਾ ਚਾਹੀਦਾ ਕਿ ਭਾਵੇਂ ਫਤਿਹਗੜ੍ਹ ਸਾਹਿਬ ਹੈ ਤੇ ਭਾਵੇਂ ਲੁਧਿਆਣਾ ਹੈ, ਭਾਵੇਂ ਪਟਿਆਲਾ, ਮੰਡੀ, ਗੋਬਿੰਦਗੜ੍ਹ ਤੇ ਬਟਾਲਾ, ਅੰਮ੍ਰਿਤਸਰ, ਜਲੰਧਰ, ਜਿਹੜਾ ਮਰਜ਼ੀ ਸ਼ਹਿਰ ਹੈ, ਸਾਲ ਦੇ ਬਹੁਤੇ ਦਿਨ ਉਹਨਾਂ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਜਿਹੜਾ ਹੈ ਨਿਰਧਾਰਿਤ ਨਿਸ਼ਚਿਤ ਸੀਮਾ ਤੋਂ ਉੱਪਰ ਹੀ ਰਹਿੰਦਾ। ਤੇ ਹੁਣ ਵਾਤਾਵਰਣ ਦੇ ਪੱਖ ਤੋਂ ਗੱਲ ਇਹ ਵੀ ਕਰ ਲਈਏ ਕਿ ਮੀਂਹ ਕਣੀ ਦੇ ਅਸਾਰ ਜਿਹੜੇ ਦੱਸੇ ਗਏ ਸੀ ਹਲਦੀ ਘੜੀ ਬਚਾ ਆ, ਪਰ ਕੱਲ੍ਹ ਦਾ ਦਿਨ ਉਹਦੇ ਤੋਂ ਬਾਅਦ 11 ਤਰੀਕ ਦਾ ਦਿਨ ਜਿਹੜਾ ਫਿਰ ਦੱਸਿਆ ਕਿ ਗੜੇਮਾਰੀ ਵੀ ਹੋ ਸਕਦੀ ਹੈ, ਮੀਂਹ ਕਣੀ ਵੀ ਪੈ ਸਕਦਾ। ਗਰੀਬਮਾਰੀ ਹੋਣੀ ਹੈ ਜੀ, ਗੜੇਮਾਰੀ ਤਾਂ ਕਿਹੜੀ ਹੁਣ? ਤੇ ਇਹ ਗੱਲ ਸੁਖਰੈਬ ਜੀ ਬਿਲਕੁਲ ਤੁਹਾਡੀ ਠੀਕ ਹੈ, ਕਿਉਂਕਿ ਐਤਕੀ ਤਾਂ ਬਾਬਾ ਗਰੀਬਮਾਰ ਹੋ ਗਈ ਹੈ, ਆਲੂ ਵਾਲਿਆਂ ਦਾ ਪਹਿਲਾਂ ਵੀ ਕੁਝ ਨਹੀਂ ਵੱਟਿਆ ਗਿਆ ਤੇ ਜੇ ਹੁਣ ਇੱਦਾਂ ਦਾ ਕੰਮ ਹੋ ਗਿਆ ਤਾਂ ਕੰਮ ਖਰਾਬ ਹੋ ਜੂ ਜੀ। ਬਹੁਤ ਮਿਹਰਬਾਨੀ ਵਟਸਾ, ਬਹੁਤ ਧੰਨਵਾਦ ਜੀ, ਕੱਲ ਪਾਉਣੇ ਆ ਫੇਰ ਸਾਂਝ। ਸ਼ੁਕਰੀਆ ਜੀ, ਮਿਹਰਬਾਨੀ ਸੁਖਨੈਬ ਜੀ। ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਸ਼ੁਭ ਇਸ਼ਾਵਾਂ। ਸਤਿ ਸ੍ਰੀ ਅਕਾਲ ਜੀ। ਪਰਮਜੀਤ ਸਿੰਘ ਵਟਸਾ ਦੇ ਨਾਲ ਸੱਜਣੋ ਗੱਲਬਾਤ ਤੁਸੀਂ ਸੁਣ ਰਹੇ ਸੀ। ਅਗਲੀ ਗੱਲਬਾਤ ਕਰਦੇ ਹਾਂ ਆਪਾਂ